ਮੈਂ ਤੁਰਿਆ ਜੀ ਅਬੋਹਰ ਤੋਂ ਪਿੰਡ ਬਲੋਚ ਕੇਰਾ ਨੂੰ, ਜਿਸ ਦੇ ਨਾਮ ਰਸੂਲਪੁਰ ਅਤੇ ਫਰੀਦ ਕੇਰਾ ਵੀ ਨਹੀਂ। ਇਹ ਬਲੋਚਾਂ ਦਾ ਪਿੰਡ ਸੀ। ਬਲੋਚ ਮੂਲ ਰੂਪ ਵਿੱਚ ਬਲੋਚਿਸਤਾਨ ਦੇ ਵਾਸੀ ਸਨ, ਜਿਨ੍ਹਾਂ ਨੇ 13ਵੀਂ ਤੋਂ 18ਵੀਂ ਸਦੀ ਤੱਕ ਬਲੋਚਿਸਤਾਨ ਤੋਂ ਸਿੰਧ ਅਤੇ ਪੰਜਾਬ ਵਿੱਚ ਹਿਜਰਤ ਕੀਤੀ। ਬਲੋਚਕੇਰੇ ਦੇ ਨੇੜਲੇ ਪਿੰਡਾਂ ਵਿੱਚੋਂ ਖੇਮਾ ਖੇੜਾ ਜੱਟ ਮੁਸਲਮਾਨਾਂ ਦਾ ਪਿੰਡ ਸੀ। ਤਰਮਾਲਾ ਵਿੱਚ ਮੁਗਲ, ਸਿਆਲ ਅਤੇ ਝੰਮੜ ਜੱਟ ਵੱਸਦੇ ਸਨ। ਅੱਜ ਵੀ ਇਸ ਪਿੰਡ ਵਿੱਚ ਪੱਤੀਆਂ ਦੇ ਨਾਮ ਮੁਗਲ, ਸਿਆਲ ਅਤੇ ਝੰਮਟ ਹਨ। ਅਤੇ ਵੱਡੀ ਗੱਲ ਇਹ ਹੈ ਕਿ ਜਿਹੜੇ ਮੋਗਿਆਂ ਦੇ ਨਾਮ ਨੇ ਉਹ ਵੀ 47 ਤੋਂ ਪਹਿਲਾਂ ਵਾਲੇ ਚੱਲਦੇ ਨੇ। ਅਬੋਹਰ ਨੇੜਲੇ ਪਿੰਡਾਂ 'ਚੋਂ ਕਰਮ ਪੱਟੀ, ਕਾਲਾ ਟਿੱਬਾ, ਮਸੀਤਾਂ, ਇਹ ਮੁਸਲਮਾਨਾਂ ਦੇ ਪਿੰਡ ਸਨ। ਮਸੀਤਾਂ ਮੁਸਲਮਾਨ ਰਾਜਪੂਤਾਂ ਦਾ ਪਿੰਡ ਸੀ ਅਤੇ ਕਾਫ਼ੀ ਵੱਡੇ ਜ਼ਿਮੀਂਦਾਰ ਰਾਜਪੂਤ ਇੱਥੇ ਵੱਸਦੇ ਸਨ। ਫਿਰੋਜ਼ਕੇਰੇ ਦੇ ਨੇੜੇ ਸ਼ਾਮ ਖੇੜਾ, ਮਾਣੀ ਖੇੜਾ, ਬੁਰਜ ਸਿਨਮਾ, ਕੋਲਿਆਂ ਵਾਲੀ, ਛਾਪਿਆਂ ਵਾਲੀ, ਇਹ ਬਹੁਤੇ ਮੁਸਲਮਾਨਾਂ ਦੇ ਪਿੰਡ ਸਨ। ਬੁਰਜ ਪਿੰਡ ਮੁਸਲਮਾਨ ਖੰਬੂਆਂ ਦਾ ਪਿੰਡ ਸੀ। ਖੇਮਾ ਖੇੜਾ, ਮਣੀਆਂ ਵਾਲੀ ਅਤੇ ਖਾਸ ਤੌਰ 'ਤੇ ਰੋਣਾ ਵਾਲੀ ਮਾਨ ਮੁਸਲਮਾਨ ਜੱਟਾਂ ਦਾ ਪਿੰਡ ਸੀ ਅਤੇ ਇਸ ਪਿੰਡ ਦੇ ਗੱਡੇ ਬੜੇ ਮਸ਼ਹੂਰ ਸਨ ਅਤੇ ਲੋਕ ਦੂਰੋਂ ਦੂਰੋਂ ਇਸ ਪਿੰਡ ਦੇ ਗੱਡੇ ਵੇਖਣ ਆਉਂਦੇ ਹੁੰਦੇ ਸਨ। ਇਸੇ ਇਲਾਕੇ ਦਾ ਇੱਕ ਹੋਰ ਪਿੰਡ ਹੈ ਜੀ ਕੱਖਾਂ ਵਾਲੀ, ਜਿਹੜਾ ਕਿ ਮੁਸਲਮਾਨ ਗੁੱਜਰਾਂ ਅਤੇ ਮੁਸਲਮਾਨ ਜੱਟਾਂ ਦਾ ਪਿੰਡ ਸੀ। ਇਸ ਪਿੰਡ ਦੇ ਮੁਸਲਮਾਨ ਗੁੱਜਰ ਡੰਗਰਾਂ ਦੇ ਬਹੁਤ ਖਾਸ ਤੌਰ 'ਤੇ ਮੱਝਾਂ ਦੇ ਬਹੁਤ ਵੱਡੇ ਵਪਾਰੀ ਸਨ ਅਤੇ ਉਹਨਾਂ ਬਾਰੇ ਇਹ ਗੱਲ ਅੱਜ ਵੀ ਮਸ਼ਹੂਰ ਹੈ ਕਿ ਉਹਨਾਂ ਨੇ ਨੌਰਥ ਇੰਡੀਆ ਦੀ ਸ਼ਾਇਦ ਹੀ ਕੋਈ ਮੱਝਾਂ ਦੀ ਮੰਡੀ ਜਾਂ ਪਸ਼ੂ ਮੇਲਾ ਛੱਡਿਆ ਹੋਵੇ। ਇਸੇ ਤਰ੍ਹਾਂ ਕਾਲੇ ਟਿੱਬੇ ਵਿੱਚ ਵੀ ਮੁਸਲਮਾਨ ਜੱਟ ਸਨ ਅਤੇ ਕੰਦੂਖੇੜੇ ਵਿੱਚ ਵੀ ਆਲਮ ਵਾਲਾ, ਪੱਕੀ, ਕਬਰਵਾਲ, ਇਹ ਸਾਰੇ ਮੁਸਲਮਾਨ ਜੱਟਾਂ ਦੇ ਪਿੰਡ ਸੀ। ਕੱਟਿਆਂ ਵਾਲੀ ਵੀ ਮੁਸਲਮਾਨ ਜੱਟਾਂ ਦਾ ਪਿੰਡ ਸੀ ਅਤੇ ਢਾਬਾਂ ਜਿਹੜਾ ਪਿੰਡ ਸੀ ਇਹ ਮੁਸਲਮਾਨ ਇੱਥੇ ਕੰਬੋ ਵੱਸਦੇ ਸਨ। ਸਤਿ ਸ਼੍ਰੀ ਅਕਾਲ ਜੀ, ਫਿਰ ਤੁਹਾਡਾ ਵੀ ਪਿੰਡ ਲੁਲਿਆਣੀ ਜੀ? ਯਾਦ ਆ ਗੱਲਾਂ ਬਾਤਾਂ ਦੱਸਣ ਵਾਲਾ ਨਾ ਬੰਦਾ, ਹੋਰਾਂ ਦੇ ਕੋਲ ਜਾਣਾ ਆਪਾਂ, ਇਹਦਾ ਪਿਓ ਇਸ ਮੁੰਡੇ ਦਾ। ਅੱਛਾ ਚਲੋ ਚੱਲਦੇ। ਚੰਨਣ ਖੇੜਾ ਰਲਮੀ ਮਿਲਮੀ ਆਬਾਦੀ ਦਾ ਪਿੰਡ ਸੀ। ਮੁਸਲਮਾਨ ਅਤੇ ਸਿੱਖ ਜੱਟ ਬਹੁਤੇ ਵੱਸਦੇ ਸਨ। ਬੱਲੂਵਾਲੇ ਪਿੰਡ ਵਿੱਚ 47 ਤੋਂ ਬਾਅਦ ਮੀਆਂ ਵਾਲੀ ਦੇ ਰੋੜੇ 'ਤੇ ਖੱਤਰੀ ਆਏ, ਜਿਹੜੇ ਕਿ ਬਾਅਦ ਵਿੱਚ ਇਹ ਜ਼ਮੀਨਾਂ ਕੰਬੂ ਹਿੰਦੂ ਸਿੱਖ ਕੰਬੂਆਂ ਨੂੰ ਵੇਚ ਕੇ ਸ਼ਹਿਰਾਂ ਵੱਲ ਚਲੇ। ਇਹ ਬਲੋਚਕੇਰੇ ਬਾਰੇ ਜਿਹੜੀ ਗੱਲ ਰਾਜਬੋਲੀ ਜੀ ਨੇ ਕਹੀ ਹੈ ਕਿ ਪਿੰਡ ਸਾਊ ਸੀ ਅਤੇ ਨੇੜਲੇ ਪਿੰਡ ਭਾਈ ਘੇਰੇ ਦੇ ਸਿੱਖ ਜੱਟਾਂ ਨਾਲ ਇਹਨਾਂ ਦੇ ਬਹੁਤ ਚੰਗੇ ਸੰਬੰਧ ਸਨ। ਇਸ ਪਿੰਡ ਦੇ ਵਿੱਚ ਜਿਹੜੇ ਲੋਕ 47  'ਚ ਆਏ ਉਹਨਾਂ ਦੀ ਗੱਲ ਮੰਨੀਏ ਤਾਂ 4-5 ਘਰ ਇਸ ਪਿੰਡ ਵਿੱਚ ਪੱਕੇ ਸਨ, 2 ਮਸੀਤਾਂ ਸਨ ਜਿਹੜੀਆਂ ਕਿ ਬਿਲਕੁਲ ਪੱਕੀਆਂ ਸਨ ਅਤੇ ਇੱਕ ਘਰ ਵਿੱਚ ਵੀ ਮਸੀਤ ਸੀ। ਇੱਕ ਦਰਬਾਰ ਹੈ ਇੱਥੇ ਜਿੱਥੇ ਸੁਣਿਆ ਕਿ ਈਦਗਾਹ ਵੀ ਉੱਥੇ ਸੀ, ਕਬਰਸਤਾਨ ਵੀ ਉੱਥੇ ਸੀ, ਉੱਥੇ ਮੇਲਾ ਲੱਗਦਾ ਸੀ ਅਤੇ ਮੇਲਾ ਹੁਣ ਵੀ ਲੱਗਦਾ। ਅਤੇ ਇੱਕ ਗੱਲ ਹੋਰ ਜਿਹੜੀ ਕਰਨੀ ਬਣਦੀ ਹੈ, ਇਸੀ ਇਲਾਕੇ ਦੇ ਪਿੰਡ ਕਾਲੇ ਟਿੱਬੇ ਵਿੱਚ ਬਾਬੂ ਰਜ਼ਬ ਅਲੀ ਦਾ ਇੱਕ ਪਰਿਵਾਰ ਰਹਿੰਦਾ ਸੀ। ਉਹਨਾਂ ਨੇ 3 ਸ਼ਾਦੀਆਂ ਕੀਤੀਆਂ ਸਨ। ਇੱਕ ਪਰਿਵਾਰ ਕਾਲੇ ਟਿੱਬੇ ਰਹਿੰਦਾ ਸੀ ਅਤੇ ਜਿਹੜਾ ਕਿ 47 ਦੀ ਭੇਟਾ ਚੜ੍ਹ ਗਿਆ। ਅਤੇ ਵੱਡੀ ਗੱਲ ਇਹ ਆ ਕਿ ਇਹ ਸਿਰਸਾ ਇਲਾਕੇ ਦੇ ਚੌਹਾਨ ਜਾਂ ਹੋਰ ਮੁਸਲਮਾਨਾਂ ਨੂੰ ਵੀ ਸੁਲੇਮਾਨ ਹੈੱਡ ਤੱਕ ਜਾਣ ਲਈ ਇਸੇ ਇਲਾਕੇ 'ਚੋਂ ਗੁਜਰਨਾ ਪੈਣਾ ਸੀ। ਅਤੇ 1947 ਦੇ ਵਿੱਚ ਸੀਤੋ ਗੁੰਨੋ ਦੇ ਨੇੜੇ ਤੇੜੇ ਵੀ ਕਾਫ਼ੀ ਕਤਲੋਗਾਰਤ ਹੋਈ। 47 ਤੋਂ ਬਾਅਦ ਜਿਹੜਾ ਆਬਾਦੀ ਦਾ ਜਿਹੜਾ ਤਬਾਦਲਾ ਹੋਇਆ, ਇਸ ਤਰ੍ਹਾਂ ਹੋਇਆ ਜੀ ਕਿ ਲਾਹੌਰ ਨੂੰ ਫਿਰੋਜ਼ਪੁਰ ਮਿਲਿਆ, ਸ਼ੇਖੂਪੁਰੇ ਨੂੰ ਕਰਨਾਲ, ਮੀਆਂ ਵਾਲੀ ਮੁਲਤਾਨ ਨੂੰ ਰੋਹਤਕ,
ਸਿਆਲਕੋਟੀਆਂ ਨੂੰ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਜੀ ਅੱਜ ਹੁਸ਼ਿਆਰਪੁਰ ਦੇ ਜਿਹੜਾ ਕੰਢੀ ਇਲਾਕਾ ਹੁਸ਼ਿਆਰਪੁਰ ਦਾ ਚੜ੍ਹਦਾ ਪਾਸਾ ਪਹਾੜਾਂ ਦੇ ਨਾਲ ਨਾਲ ਸਿਆਲਕੋਟੀਏ ਬਹੁਤੇ ਵਸਾਏ ਗਏ ਸਨ ਅਤੇ ਅੱਜ ਮੇਰਾ ਖਿਆਲ ਕਿ ਉਹਨਾਂ ਸਿਆਲਕੋਟੀਆਂ ਦਾ ਕੋਈ ਦਸਵਾਂ ਹਿੱਸਾ ਸ਼ਾਇਦ ਇੱਥੇ ਰਹਿ ਗਿਆ ਹੋਵੇ, ਉਹ ਵੀ ਜ਼ਮੀਨਾਂ ਵੇਚ ਕੇ ਅਗਾਂਹ ਚੱਲ ਗਏ। ਉਹਨਾਂ ਨੂੰ ਇਹ ਜ਼ਮੀਨਾਂ ਇਹ ਬੰਜਰ ਜ਼ਮੀਨਾਂ ਪਸੰਦ ਨਹੀਂ ਆਈਆਂ। ਲਾਹੌਰ ਸ਼ਹਿਰ ਦੇ ਵਾਸੀ ਦਿੱਲੀ ਚਲ ਗਏ। ਸਰਾਵਾਂ ਬੋਦਲਾ ਇੱਕ ਹੋਰ ਬੋਦਲ ਜੱਟਾਂ ਦਾ ਪਿੰਡ ਸੀ ਅਤੇ ਹੁਣ ਵੀ ਇੱਥੇ ਜੱਟ ਵੱਸਦੇ ਨੇ, ਪਰ ਇਹ ਜੱਟ ਸੰਧੂ ਨੇ ਬਹੁਤੇ ਅਤੇ ਲਾਹੌਰੀ ਨੇ। ਸੋ ਕਰਦਿਆਂ ਦੀ ਗੱਲਬਾਤ ਬਲੋਚਕੇਰਾ ਦੇ ਵਿੱਚ ਅੱਜ ਕੱਲ੍ਹ ਵੱਸ ਰਹੇ ਲਲਿਆਣੀ ਪਿੰਡ ਦੇ ਬੰਦਿਆਂ ਨਾਲ। ਹਾਂਜੀ ਲਓ ਜੀ, ਰਹਿੰਦੇ ਤੁਸੀਂ ਹੁਣ ਬਲੋਚਕੇਰਾ ਜੀ? ਹਾਂਜੀ। ਇਹ ਬਾਬਾ ਇਹਦੇ ਕਿੰਨੇ ਨਾਂ ਆ ਇਸ ਪਿੰਡ? ਇਹਦਾ ਪਿੰਡ ਦੇ ਤਿੰਨ ਨਾਂ ਨੇ ਜੀ। ਤਿੰਨ ਨਾਂ? ਇੱਕ ਤਾਂ ਪਹਿਲਾਂ ਅਸਲੀ ਕਾਲਨਾ ਜੇ ਫਰੀਦਖੇੜਾ, ਫਰੀਦਖੇੜਾ ਅਤੇ ਆਮ ਚੱਲਦਾ ਥਾਣੇ 'ਚ ਚੱਲਦਾ ਰਸੂਲਪੁਰ ਕੇਰਾ, ਰਸੂਲਪੁਰ ਕੇਰਾ ਅਤੇ ਇੱਥੇ ਬਲੋਚਕੇਰਾ ਚੱਲਦਾ ਆਮ ਪਿੰਡ ਜੀ, ਬਲੋਚਕੇਰਾ। ਇਹ ਤਿੰਨ ਨਾਂ ਨੇ ਸੋਨੇ। ਇਹ ਕੀ ਕਾਰਨ ਆ ਇਹਦੇ ਤਿੰਨ ਨਾਂ ਚੱਲੇ? ਕਦੀ ਇਹ ਤਾਂ ਮੁਸਲਮਾਨਾਂ ਨੂੰ ਪਤਾ ਸੀ ਉਦੋਂ ਦੇ ਹੀ ਨਾਂ ਚੱਲਦੇ ਨੇ ਭਾਈ। ਮੁਸਲਮਾਨਾਂ ਨੂੰ ਪਤਾ ਸੀ? ਹਾਂ, ਇਹ ਤਾਂ ਉਦੋਂ ਦੇ ਚੱਲਦੇ ਨੇ ਪੈਸੇ ਨੇ, ਪਹਿਲਾਂ ਨੂੰ ਚੱਲਦੇ ਤਿੰਨ। ਹਾਂ ਠੀਕ। ਥਾਣੇ ਜਾ ਕੇ ਆਖੀ ਇਹਨਾਂ ਨੂੰ ਫਰੀਦਗੜ੍ਹ ਉਹ ਨਹੀਂ ਮੰਨਦੇ, ਉਹ ਰਸੂਲ ਵਗੈਰਾ ਹੀ ਮੰਨਦੇ ਨੇ। ਅੱਛਾ, ਨਾਂ ਵੱਖੋ ਵੱਖਰੇ ਆ ਨਾ। ਅਤੇ ਫਰੀਦਗੜ੍ਹ ਦਾ ਕਾਲਨਾ ਜੀ ਨਾਂ ਹੈ, ਮਾਲਦੀਪ ਕਾਲਨਾ ਜੀ, ਮਾਲ ਦੇ ਕਾਲਨਾ ਜੀ। ਅੱਛਾ, ਪਰਿਵਾਰੀ ਪੁੱਛੀਏ ਤਾਂ ਉਹ ਫਰੀਦਗੜ੍ਹ ਜਾ ਕੇ ਅਤੇ ਰਸੂਲਪੁਰ ਕੇਰਾ ਥਾਣੇ 'ਚ ਅਤੇ ਆਮ ਚੱਲਦਾ ਰੋਜ਼ਗਾਰ ਪਿੰਡਾਂ 'ਚ। ਅੱਛਾ ਜੀ, ਲੋਕਾਂ ਦੀ ਜ਼ਬਾਨ ਤੇ ਇਹ ਹੀ ਆ ਜੀ। ਠੀਕ ਜੀ, ਠੀਕ। ਜਦੋਂ ਤੁਸੀਂ ਇੱਥੇ ਆਏ ਸੀਗੇ ਹਾਂਜੀ, ਉਦੋਂ ਵੀ ਪਿੰਡ ਐਡਾ ਹੀ ਵੱਡਾ ਸੀ ਜਾਂ ਛੋਟਾ ਸੀ ਥੋੜ੍ਹਾ? ਅਸੀਂ ਤਾਂ ਪਹਿਲਾਂ ਆ ਕੇ ਬੈਠੇ ਸਾਂ, ਫਿਰ ਉੱਥੇ ਬਲੋਚਕੇਰਾ ਪਿੰਡ ਦੇ ਪਿਛਾ ਨਾ ਪਤਰਾ ਪਿੰਡ ਦੇ ਪਿਛਾ ਸੂਰਜਪੁਰ 'ਚ, ਉੱਥੋਂ ਫਿਰ ਤਿੰਨ ਸਾਲ ਬਾਅਦ ਆਇਆ ਇੱਥੇ ਸਨ 50 'ਚ। ਅੱਛਾ ਅੱਛਾ, ਪਹਿਲਾਂ ਕਿੱਥੇ ਬੈਠੇ ਸੀਗੇ? ਉਹ ਪਤਰਾ ਪਿੰਡ ਹੈਗਾ, ਤੀਰਾ ਪਤਰਾ। ਅੱਛਾ, ਕੀ ਬਾਬੇ ਤੁਹਾਡਾ ਨਾਂ ਕੀ ਆ ਜੀ? ਕਿਹਦਾ ਤੁਹਾਡਾ? ਮੇਰਾ ਨਾਂ ਕਰਤਾਰ ਸਿੰਘ। ਕਰਤਾਰ ਸਿੰਘ ਜੀ, ਤੁਹਾਡਾ ਫਿਰ ਪਿੰਡ ਪਿੱਛੋਂ ਲਲਿਆਣੀ ਆ ਜੀ? ਲਲਿਆਣੀ। ਠੀਕ ਠੀਕ। ਮੇਰੇ ਜਿਹੜਾ ਆਹ ਪਿੰਡ ਆ ਜੀ, ਇਸ ਪਿੰਡ ਅਸੀਂ 50 ਆਏ ਹਾਂ। ਇਹ ਬਹੁਤੇ ਲਲਿਆਣੀ ਦੇ ਇੱਥੇ? ਇੱਥੇ ਬਾਹਰ ਲਲਿਆਣੀ ਦੇ ਦੋ ਚਾਰ ਹੋਰ ਵੀ ਆ, ਢਿੱਲੋਂ ਵੀ ਹੈਗੇ ਕਹਿੰਦੇ। ਨਹੀਂ, ਉਹ ਤਾਂ 5-7 ਪਿੰਡਾਂ ਦੇ ਹੋ ਰਹੇ ਹੈਗੇ। ਹੈਗੇ ਆ? ਹਾਂ ਠੀਕ। ਨਰਬੜ ਦੇ ਹੈਗੇ ਨੇ, ਵਾਹਵਾ ਘਰ ਨੇ, ਦੇਊਮਾ ਦੇ ਵਾਹਵਾ ਘਰ ਨੇ, ਅਤੇ ਹੋਰ ਵੀ ਪਿੰਡਾਂ ਪੁੰਡਾਂ ਦਾ ਇਹ ਦੋ ਇਹ ਤਿੰਨ ਪਿੰਡਾਂ ਦੇ ਵਾਹਵਾ ਘਰ ਨੇ, ਰਾਣੀ ਅਤੇ ਦੇਊ ਅਤੇ ਨਰਬੜ। ਠੀਕ। ਇਹ ਪਿੰਡ ਸੀਗੇ ਲਾਹੌਰ ਦੇ ਸਾਰੇ? ਲਾਹੌਰ ਦੇ। ਮਤਲਬ ਲਾਹੌਰੀਆਂ ਨੂੰ ਪਿੰਡ ਮਿਲਿਆ ਜੀ? ਹਾਂ। ਬਾਬਾ ਜਦੋਂ ਤੁਸੀਂ ਆਏ ਇੱਥੇ ਕੋਈ ਜੱਦੀ ਪੁਸ਼ਤੀ ਵੀ ਰਹਿਣ ਵਾਲੇ ਬੰਦੇ ਸੀ ਇੱਥੇ ਦੇ? ਨਾ, ਪਿੰਡ ਬਿਲਕੁਲ ਖਾਲੀ ਸੀ, ਪਿਓਰ ਮੁਸਲਮਾਨ ਦਾ ਸੀ। ਨਹੀਂ, ਖਾਲੀ ਨਹੀਂ ਸੀ, ਉਦੋਂ ਘੁੰਮੋ ਵੱਸਦੇ ਸੀ, ਉਹ ਵੀ ਉੱਜੜ ਕੇ ਆਏ ਸੀ। ਅੱਛਾ, ਉੱਜੜ ਕੇ ਆਏ? ਹਾਂ, ਪਛਾਣ ਪਾਕ ਪਾਕ ਉਹਦੇ, ਉਹ ਵੱਸਦੇ, ਉਹਨਾਂ ਕੋਲ ਜ਼ਮੀਨ ਕੋਲ ਨਹੀਂ ਸੀ, ਅਤੇ ਜ਼ਮੀਨ ਉਹਨਾਂ ਦਿੱਤੀ ਸਰਕਾਰ ਨੇ ਜ਼ਮੀਨ ਵਾਲਿਆਂ ਨੂੰ, ਇਹਨਾਂ ਕੋਲ ਨਹੀਂ ਸੀ, ਉਹਨਾਂ ਨੂੰ ਨਹੀਂ ਦਿੱਤੀ, ਇਹ ਬਸ ਉਹਨਾਂ ਨੂੰ ਛੱਡਣਾ ਪਿਆ ਪਿੰਡ 'ਚ, ਫਿਰ ਸਾਨੂੰ ਲਾਟ ਹੋ ਗਈ। ਲਲਿਆਣੀ ਪਿੰਡ ਤਾਂ ਦੱਸਦੇ ਆ ਜੀ ਕਿ ਬੜਾ ਐਡਵਾਂਸ ਪਿੰਡ ਸੀ, ਬੜਾ ਤਕੜਾ ਪਿੰਡ ਸੀ, ਐਡਵਾਂਸ ਸੀ ਬੜਾ, ਅੱਧਾ ਕਿਲੋਮੀਟਰ ਲੰਮਾ ਬਾਜ਼ਾਰ ਸੀ, ਜਿਹਦੇ ਵਿੱਚ ਘੱਟ ਤੋਂ ਘੱਟ 100 ਦੁਕਾਨ ਹੋਣੀ, ਬੜਾ ਤਕੜਾ ਪਿੰਡ ਸੀ। ਫਿਰ ਵਿੱਚ ਦੀ ਸੜਕ ਲੰਘਦੀ ਸੀ, ਆ ਜਿਹੜੀ ਜਾਂਦੀ ਫਿਰੋਜ਼ਪੁਰੋਂ ਕਲਕੱਤੇ ਤੋਂ ਜਾਂਦੀ ਸੀ ਪਿਸ਼ਾਵਰ ਜੀ, ਸ਼ੇਰਸ਼ਾਹ ਸੂਰੀ ਮਾਰਗ। ਹਾਂ, ਸ਼ੇਰਸ਼ਾਹ ਸੂਰੀ ਮਾਰਗ, ਇਹ ਸਾਡੇ ਪਿੰਡ ਦੇ ਵਿੱਚੋਂ ਹੀ ਲੰਘਦੀ ਸੀ। ਅੱਛਾ ਜੀ। ਫਿਰੋਜ਼ਪੁਰੋਂ ਲਾਹੌਰ ਜਾਂਦੀ ਸੀ, ਅਤੇ ਲਾਹੌਰ ਉੱਥੋਂ 5 ਮੀਲ ਸੀ ਅਤੇ ਫਿਰੋਜ਼ਪੁਰ 24 ਮੀਲ ਸੀ, ਅਤੇ ਜਿੱਧਰ ਦੂਜੇ ਮਾਲ ਮੇਲ ਤੋਂ ਵੇਖੀਏ ਅਤੇ ਉਹ ਘੱਟ ਜਾਂਦਾ ਸੀ, ਉਹ ਮੇਲ ਵੱਧ ਜਾਂਦਾ ਸੀ, ਪੂਰਾ ਲੰਮਾ ਮੇਲ ਪਿੰਡ ਸੀ। ਸਾਰਾ ਪਿੰਡ ਭੁਲਾਣਾ ਦਾ ਸੀ? ਸਾਰਾ ਪਿੰਡ ਆਪ ਤਕਰੀਬਨ ਭੁਲਾਣਾ ਦਾ ਹੀ, ਉੱਥੇ ਹੋਰ ਕੋਈ ਨਹੀਂ ਸਨ ਬੰਦੇ, ਕੋਈ ਮਾੜਾ ਮੋਟਾ ਭਾਣੋ ਪੰਜ ਆਪਾਸ ਵਾਏ ਹੋਣਾ ਕੋਈ 2000। ਦੱਸਦਿਆ ਮੁਸਲਮਾਨ ਵੀ ਉੱਥੇ ਸੀਗੇ ਭੁੱਲਰ?
ਮੁਸਲਮਾਨ ਬੜੇ ਭੁੱਲਰ ਸੀ, ਸਾਡੇ ਅੱਧੀ ਆਬਾਦੀ ਮੁਸਲਮਾਨ ਦੀ। ਕਿੱਦਾਂ ਦਾ ਮੇਲ ਜੋਲ ਸੀ ਉਹਨਾਂ ਦਾ? 8-9 ਹਜ਼ਾਰ ਦੀ ਆਬਾਦੀ ਸੀ ਆਪਣੇ ਪਿੰਡ ਦੀ, ਸਾਡੇ ਉਹ ਪਿੰਡ ਦੀ ਉਦੋਂ ਦੀ। ਉਹਦੇ ਵਿੱਚੋਂ 4500 ਹਿੰਦੂ ਸਿੱਖ ਸੀ ਅਤੇ 3500 ਉਹ ਸਨ ਮੁਸਲਮਾਨ। ਮੇਲ ਜੋਲ ਸਹੀ ਸੀ ਵਧੀਆ ਤੁਹਾਡਾ ਉਹਦੇ ਨਾਲ? ਬੜਾ ਮੇਲ ਜੋਲ ਸੀ। ਉਹਨਾਂ ਦੇ ਨਾਂ ਯਾਦ ਆ ਜੀ? ਨਾਮ ਇੱਕ ਤਾਂ ਦੋਸਤ ਇਹਦੇ ਮਸ਼ਹੂਰ ਸੀ, ਇੱਕ ਮੀਆਂ ਅਨਮਰ ਅਤੇ ਰਸ਼ੀਦ ਮਸ਼ਹੂਰ ਸੀ, ਇਸ ਤਰ੍ਹਾਂ ਕਰਕੇ ਹੋਰ ਵੀ ਬੰਦੇ ਵੇਚ ਗਏ ਸਨ। ਤਕੜਾ ਜ਼ਿਮੀਂਦਾਰ ਕਿਹੜਾ ਸੀਗਾ ਭੁੱਲਣਾ 'ਚੋਂ? ਜੱਦੀ ਜ਼ਮੀਨ ਤਾਂ ਸਭ ਤੋਂ ਸਾਡੀ ਜ਼ਿਆਦਾ ਸੀ, ਉਹ ਮੁਲਮਲ ਲੈ ਕੇ ਆ ਜਿਹਦੇ ਨਾਲ ਪੱਕੀ ਬੈਠੇ ਰੀਫ ਸਰੀ, ਇਹਨਾਂ ਨਾਨਕੇ ਝੇਰੀ ਵੱਜ ਗਈ ਸੀ ਅਤੇ ਉੱਥੋਂ ਨਾਨਕਿਆਂ ਨੂੰ ਆਪਦਾ ਵੀ ਵੇਚ ਕੇ ਅਤੇ ਉਸ ਦਿਨ ਹੋਰ ਲੈ ਗਈ ਸੀ। ਅੱਛਾ ਜੀ। ਅਤੇ ਉਹ ਲੈ ਕੇ ਅਤੇ ਮੁੜ ਕੇ ਫਿਰ ਖਰੀਦਣ ਦੇ ਪਏ, ਅਤੇ ਸਾਡੇ ਕੋਲ ਤਾਂ ਬੰਦੇ ਕੋਲ ਨਹੀਂ ਸਨ, ਇੱਕ ਸਾਡਾ ਪਿਓ ਸੀ ਅਤੇ ਇੱਕ ਸਾਡਾ ਤਾਇਆ ਸੀ, ਅਤੇ 140-140 ਕਮਾ ਜ਼ਮੀਨ ਸੀ ਉਹਨਾਂ ਕੋਲ ਦੋ ਕੋਲ, ਅਤੇ ਕੱਟ ਬੜੀ ਲੱਗ ਗਈ, ਮੈਂ ਦਿੱਤਾ ਕੁਛ ਨਹੀਂ ਬੜੀ ਜ਼ਮੀਨ ਵਾਲਿਆਂ ਨੂੰ, ਸਾਨੂੰ 66 ਕਮਾ ਮਿਲੀ ਇਹਦੇ 140 ਕਮਾ ਜੋ, ਬਾਕੀ 74 ਸਮਾਨ ਸਾਰੀ ਗਈ ਹੈ ਵੀ। ਬਾਬਾ ਜੀ ਇਸ ਗੱਲ ਦਾ ਹੌਕਾ ਹਾਲੇ ਤੱਕ ਹੈਗਾ ਤੁਹਾਨੂੰ ਨਾ ਜੀ? ਹੌਕਾ ਤਾਂ ਕੀ ਕਰੇਗਾ ਜੇ ਮੈਂ ਔਖੇ ਭਰੀ ਜਾਵਾਂਗੇ ਕੋਈ ਬਣਨਾ ਹੈ, ਉਹ ਮਿਹਨਤ ਮੁਹਨਤ ਕਰਕੇ ਲੋਕਾਂ 'ਚ ਦਿਲ ਲਗਾ ਰਹੇ ਨੇ, ਹੁਣ ਵੀ ਪਰਦਾਨ ਭਰ ਲੈਂਦੇ ਸਾਰੇ, 30-35 ਕਮਾ ਹੋਰ ਖਰੀਦ ਲਈ। ਅੱਛਾ, ਹੁਣ ਸਾਰਾ ਕੁਛ ਹੀ ਆ। ਹਾਂ, ਪਰ ਲੁਲਿਆਣੀ ਦੀ ਯਾਦ ਫਿਰ ਆ ਜਾਂਦੀ? ਲੁਲਿਆਣੀ ਦੀ ਯਾਦ ਤਾਂ ਆਉਂਦੀ ਹਰ ਗਈ। ਤੁਹਾਡਾ ਦੋਸਤ ਕਿਹੜਾ ਸੀਗਾ ਜੀ ਖਾਸ ਮੁਸਲਮਾਨਾਂ 'ਚੋਂ ਭੁੱਲਣਾ 'ਚੋਂ? ਮੁਸਲਮਾਨਾਂ 'ਚੋਂ ਦੋਸਤ ਇੱਕ ਸਾਡੇ ਨਾਲ ਮੁੰਡਾ ਯਕੂਬ ਪੜ੍ਹਦਾ ਹੋਇਆ ਸਾਡਾ ਗੁਆਂਢੀ ਸੀ, ਯਕੂਬ ਅਤੇ ਜਾਂ ਮੀਆਂ ਦੇ ਮੁੰਡੇ ਸਨ ਸਦੀਕਾ ਦੇ, ਉਹ ਉਹਨਾਂ ਸਾਨੂੰ ਸਾਰੇ ਜੀ ਵੀ ਬਚਾਏ ਸੀ ਉਹਨਾਂ। ਅੱਛਾ, ਤੁਹਾਡੇ ਤੁਹਾਡੇ ਪਰਿਵਾਰ ਨੂੰ ਉਹਨਾਂ ਨੇ ਬਚਾਇਆ? ਹਾਂ, ਨਹੀਂ ਤਾਂ ਸਾਰੇ ਮਾਰਦੇ ਨਹੀਂ ਉਹਨਾਂ। ਅੱਛਾ, ਉਹ ਗੱਲ ਇੱਦਾਂ ਹੈ ਜੀ, ਪਹਿਲਾਂ ਆਪਾਂ ਥੋੜ੍ਹੀ ਜਿਹੀ ਸਾਂਝਾਂ ਦੀ ਗੱਲ ਕਰ ਲਈਏ। ਇੱਕ ਤਾਂ ਸੀਗੇ ਭੁੱਲਰਾਂ ਦੇ ਘਰ। ਹਾਂਜੀ, ਉਹ ਜਿਹੜੇ 24 ਚੌਧਰੀ, ਇੱਕ ਤਾਂ ਉੱਥੇ ਬੇਜ਼ਮੀਨੇ ਮਜ਼ਦੂਰ ਮੁਸਲਮਾਨ, ਅਤੇ ਇੱਕ ਸਨ ਚੌਧਰੀ ਉਹਨਾਂ ਕੋਲ ਪੈ ਗਈ ਸੀ, ਉਹ ਭੁੱਲਰ ਵੱਜਦੇ। ਹਾਂ, ਉਹ ਚੌਧਰੀ ਉਹ ਮੁਸਲਮਾਨ, ਉਹ ਜੱਟਾਂ ਤੋਂ ਮੁਸਲਮਾਨ ਹੋਏ ਸੀ। ਜਿਹੜਾ ਯਾਕੂਬ ਸੀ ਉਹ ਵੀ ਭੁੱਲਰਾਂ 'ਚੋਂ ਸੀ? ਨਹੀਂ, ਉਹ ਤਾਂ ਘੁਮਿਆਰ ਸੀ, ਮੇਰੇ ਕੋਲ ਕੁਛ ਨਹੀਂ ਸੀ। ਅੱਛਾ ਅੱਛਾ, ਪੜ੍ਹਦੇ ਕਿੱਥੇ ਹੁੰਦੇ ਸੀ? ਘੁਮਿਆਰਾਂ ਦਾ ਮੁੰਡਾ ਸੀ। ਹੈਂ? ਮੈਂ ਤਾਂ ਪਹਿਲਾਂ ਪੜ੍ਹਦਾ ਰਿਹਾ ਆਪਣੇ ਪਿੰਡ ਹੀ, ਫਿਰ 10 ਜਮਾਂ ਤੱਕ ਜਾਂ ਤਰਨ ਤਾਰਨ। ਉਹ ਸਾਡਾ ਬਾਪ ਗੁਰਸਿੱਖ ਪੂਰਾ, ਉਹ ਕਿਤੇ ਮੱਸਿਆ ਵੇਖਣ ਆਇਆ ਇੱਥੇ ਤਰਨ ਤਾਰਨ, ਅਤੇ ਉਹ ਸਕੂਲ ਦਾ ਉਹਨੇ ਵੇਖਿਆ ਨਕਸ਼ਾ ਨੁਕਸ਼ਾ ਵੀ ਇੱਥੇ ਧਾਰਮਿਕ ਗੱਲ ਬੜੀ ਚੰਗੀ ਹੁੰਦੀ ਹੈ, ਉਹਨੇ ਆਖਿਆ ਮੈਂ ਤਾਂ ਉੱਥੇ ਮੁੰਡੇ ਨੂੰ ਗਾਵਾਂਗਾ 10, ਅਤੇ ਉਹ ਫਿਰ ਮੈਨੂੰ ਉੱਥੇ ਕਰਾ ਗਿਆ। ਇੱਦਾਂ ਪਾਕਿਸਤਾਨ ਬਣਨ ਤੋਂ ਪਹਿਲਾਂ ਹੀ? ਪਹਿਲਾਂ ਹੀ। ਇਹਦਾ ਮਤਲਬ ਜਦੋਂ ਫਿਰ ਆ ਸਾਰਾ ਕੁਛ ਹੋਇਆ, ਤੁਸੀਂ ਮਤਲਬ ਤਰਨ ਤਾਰਨ ਸਾਹਿਬ ਸੀਗੇ? ਤਰਨ ਤਾਰਨ ਪੜ੍ਹ ਕੇ ਮੈਂ ਆ ਕੇ ਫਸਟ ਈਅਰ ਲਾਹੌਰ ਦਾ ਹੋਇਆ। ਅੱਛਾ, ਲਾਹੌਰ ਵੀ ਦੇਖ ਲਿਆ ਜੀ? ਆਹੋ। ਵੈਰੀ ਗੁੱਡ, ਫਿਰ ਤਾਂ ਬਹੁਤ ਭਾਗਾਂ ਵਾਲੇ ਆ ਜੀ ਤੁਸੀਂ। ਕਿੱਦਾਂ ਦਾ ਲਾਹੌਰ ਹੈ ਜੀ ਸ਼ਹਿਰ? ਲਾਹੌਰ 7 ਵਜੇ ਅਸੀਂ 5 ਮੀਲ, ਇੱਕ ਮੀਲ ਲੰਮਾ ਸਾਡਾ ਪਿੰਡ ਸੀ ਪੂਰਾ ਲੁਧਿਆਣੀ, ਇੱਕ ਮੀਲ ਤੋਂ ਹੈਗਾ ਸੀ ਫਿਰੋਜ਼ਪੁਰ 5 ਮੀਲ, ਅਤੇ ਇੱਕ ਮੀਲ ਤੋਂ ਲਾਹੌਰ ਹੈਗਾ ਸੀ 5 ਮੀਲ, ਦੂਜੇ ਤੋਂ 24 ਮੀਲ ਫਿਰੋਜ਼ਪੁਰ ਹੋ ਜਾਂਦਾ ਸੀ। ਕਿਹੜੇ ਕਾਲਜ 'ਚ? ਦਿਆਲ ਸਿੰਘ ਕਾਲਜ 'ਚ ਐਡਮਿਸ਼ਨ ਲਈ ਸੀ? ਸਿੱਖ ਨੈਸ਼ਨਲ ਕਾਲਜ। ਸਿੱਖ ਨੈਸ਼ਨਲ ਕਾਲਜ, ਉਹ ਹੈਗਾ ਸੀ ਕਾਂਗਰਸੀਆਂ ਦਾ ਕਾਲਜ, ਦਿਆਲ ਸਿੰਘ ਕਾਲਜ ਦਾ ਖਾਲਸਾ ਦਾ ਸੀ ਜ਼ਿਆਦਾ ਜੀ ਜੀ, ਅਤੇ ਉਹ ਜਿਹੜਾ ਸਿੱਖ ਨੈਸ਼ਨਲ ਕਾਲਜ ਸੀ ਨਾ, ਉਹਦੇ 'ਚ ਕਾਂਗਰਸੀਆਂ ਦਾ ਕੰਮ ਵੀ ਵਾਹਵਾ ਸੀ। ਉੱਥੇ ਆਜ਼ਾਦੀ ਦੇ ਘੋਲ ਵਿੱਚ ਵੀ ਬੰਦੇ ਜੇ ਪ੍ਰੋਫੈਸਰ ਸਨ, ਅਤੇ ਸਰਦਾਰ ਨਰਿੰਦਰ ਸਿੰਘ ਸਾਡਾ ਪ੍ਰਿੰਸੀਪਲ ਹੁੰਦਾ ਸੀ, ਉਹ ਵਾਹਵਾ ਸੀ ਸ਼ਾਹ ਦਿੰਦਾ ਸੀ। ਇੱਕ ਤਾਂ ਹੋ ਗਿਆ ਨਰਿੰਦਰ ਸਿੰਘ, ਪ੍ਰੋਫੈਸਰ ਦਾ ਮੈਨੂੰ ਨਾਂ ਹੀ ਭੁੱਲ ਗਿਆ, ਨਾਲ ਫਿਰ ਮੁੰਡੇ ਪੜ੍ਹਦੇ ਸੀ ਜਿਹੜੇ ਉਹਨਾਂ ਦਾ ਨਾਂ ਜਾਂਦਾ ਜੀ, ਨਾਲ ਜਿਹੜੇ ਮੁੰਡੇ ਪੜ੍ਹਦੇ ਸੀ ਉਹਨਾਂ ਦਾ ਵੀ ਨਾਂ ਭੁੱਲ ਹੀ ਗਿਆ, ਕੋਈ ਨਹੀਂ ਪਛਾਤ ਰਹਿ ਗਿਆ ਜੀ। ਅਸਲ ਮੁਸਤਾਨਾ ਉੱਥੇ ਪੜ੍ਹਦਾ ਸੀ। ਅੱਛਾ ਜੀ, ਜਿਹੜਾ ਗਾਉਣ ਵਾਲਾ ਹੈ ਤੁਹਾਡੇ ਕਾਲਜ 'ਚ? ਹਾਂਜੀ, ਤੁਹਾਡੇ ਨਾਲ ਹੀ ਹੋਣਾ ਫਿਰ? ਇਹ ਫਸਟ ਈਅਰ ਜਾ ਕੇ ਦਾਖਲ ਹੋਇਆ ਸੀ, ਅਤੇ ਉਦੋਂ ਪਾਕਿਸਤਾਨ ਬਣ ਗਿਆ। ਅਸਲ ਸਿੰਘ ਮਸਤਾਨੇ ਦਾ ਪਿੰਡ ਵੀ ਉੱਧਰ ਹੀ ਸੀ ਲਾਹੌਰ 'ਚ? ਉੱਧਰ ਹੀ ਆ, ਉਦੋਂ ਵੀ ਗਾਉਂਦੇ ਸੀ ਉਹ? ਉਸ ਗਾਉਣ ਗਾਉਣ। ਅੱਛਾ,
ਜਿਹੜੇ ਅੰਗਰੇਜ਼ ਸਨ ਨਾ ਉਹਨਾਂ ਆਖਿਆ ਵੀ ਅਸੀਂ ਜਦੋਂ ਛੱਡ ਲਿਆ ਸੀ ਨਾ ਪੰਜਾਬ ਅਤੇ 40,000 ਬੰਦਾ ਮਰਿਆ ਸੀ ਫੌਜ ਦਾ, ਅਤੇ ਹੁਣ ਮੈਂ 40,000 ਸਾਂ ਪੰਜਾਬ ਦਾ ਨਾ ਜਿਹੜੇ 40,000 ਤੋਂ ਵੱਧ ਮਾਰ ਕੇ ਜਾਣੇ ਨੇ ਅਤੇ ਉਹਨਾਂ ਮੁਸਲਮਾਨ ਨੂੰ ਮਾਰ ਲੈਂਦੇ ਆ ਅਤੇ ਉਹ ਕੁੰਜ ਲੈਵੇਂ ਪੁੱਤ ਪਏ ਅਤੇ ਜਿਹੜੇ ਇਹਨਾਂ ਉਹਨਾਂ ਚਾਚੇ ਬਾਬੇ ਆ ਕੇ ਅਤੇ ਜੱਟਾਂ ਨੂੰ ਆਖਿਆ ਤੁਸੀਂ ਇੱਥੇ ਰਹਿਣਾ ਤਾਂ ਤੁਹਾਨੂੰ ਹਾਂ ਕੀ ਆਖਣਾ ਹੈ, ਉਹਨਾਂ ਉਤਸਾਹ ਹੋਏ ਉਹਨਾਂ ਫਿਰ ਮਾਰੇ ਅਸੀਂ ਤੁਰਨ ਲੱਗੇ ਹਾਂ ਫਿਰ ਤੁਰ ਕੇ ਜਲ ਫਿਰਦੇ ਹਾਂ ਅਤੇ ਅੱਗੋਂ ਇਹ ਮੇਰੇ ਪੈ ਅੱਗੋਂ ਪਹੁੰਚਾਇਆ ਸਾਡੀ ਕਿੱਧਰ ਚਲੇ ਗਏ ਜੀ ਪਿੰਡ ਜਾਣ ਲੱਗੇ ਜੀ ਉਹ ਕਰਨ ਲੱਗੇ ਜੀ ਆਹ ਮੁਸਲਮਾਨ ਕਹਿੰਦੇ ਨਹੀਂ ਆਪਣੀ ਆਪਣੀ ਅੱਛਾ ਸਿੱਖ ਅਤੇ ਉਹ ਮੁਸਲਮ ਪਿੰਡ ਲੱਗੇ ਜੇ ਜਾਣ ਨਾ ਉਹ ਕਰਨ ਲੱਗੇ ਜੇ ਆਹ ਕਰਨ ਭਾਈ ਜੀ ਬਹਿ ਮਾਣ ਨਾਲ ਕੁਛ ਨਹੀਂ ਹੁੰਦਾ ਉਹਨਾਂ ਦੇ ਆਖੇ ਲੱਗ ਕੇ ਅਸੀਂ ਬਹਿ ਗਏ ਸਾਡਾ ਨੁਕਸਾਨ ਹੋਣਾ ਅਸੀਂ ਹੋ ਗਿਆ ਨਹੀਂ ਤਾਂ ਅਸੀਂ ਤਾਂ ਰੱਤੋ ਕੇ ਆਊ ਸਾਂ ਵੀ ਚੱਲ ਉੱਥੇ ਚੱਲ ਫਿਰਦੇ ਹਾਂ ਬਾਬੇ ਕੋਲ ਬਾਬੇ ਦਾ ਪਾਸ਼ ਕੇ ਸਾਡਾ ਪਿਓ ਬੜਾ ਤਾਂ ਫਿਰ ਕੀ ਹੋਇਆ ਜੀ ਫਿਰ ਇੱਥੇ ਆ ਕੇ ਪਤਾਵੀ ਆ ਕੇ ਉੱਥੇ ਕੰਮ ਧੰਦਾ ਕਰਦੇ ਰਹੇ ਮਾੜਾ ਮੋਟਾ ਨਹੀਂ ਨਹੀਂ ਜਿਹੜਾ ਤੁਹਾਡੇ ਪਿੰਡ 'ਤੇ ਹਮਲਾ ਹੋਇਆ ਉਹਦੇ ਬਾਰੇ ਦੱਸੋ ਜੀ ਉਹਦੇ ਬਾਰੇ ਦੱਸੋ ਹਮਲਾ ਤਾਂ ਇਸ ਤਰ੍ਹਾਂ ਹੋਇਆ ਸੀ ਵੀ ਰਾਤ ਤੋਂ ਬੱਚੇ ਫੜ ਕੇ ਅਤੇ ਟੋਲਿਆਂ ਦੇ ਟੋਲੇ ਬਣ ਗਏ ਅਤੇ ਸਰਕਾਰ ਖਤਮ ਹੋ ਗਈ ਕੋਈ ਸਰਕਾਰ ਨਹੀਂ ਸੀ ਉਸ ਵੇਲੇ ਜਦੋਂ ਬੱਚੇ ਫੜ ਕੇ ਅਤੇ ਗਲੀਆਂ 'ਚ ਤੁਰਨ ਫਿਰਨ ਲੱਗ ਪਏ ਜਿਹੜਾ ਨਿਕਲਦਾ ਉਹਨੂੰ ਮਾਰ ਦਿੰਦੇ ਸੀ ਜੇ ਕੋਈ ਪਹਿਲੇ ਦਿਨ ਨਿਕਲ ਕੇ ਬਾਹਰ ਆ ਗਿਆ ਉਹ ਬਚ ਗਏ ਬੰਦੇ ਅਤੇ ਜਿਹੜੇ ਰਾਤ ਰਹਿ ਗਏ ਉੱਥੇ ਪਿੰਡ ਉਹ ਫੜ ਗਏ ਮਾਰੇ ਗਏ ਉਹਨਾਂ ਉਹ ਫਿਰ ਜਿਹੜੇ ਅਸੀਂ ਵੀ ਨਿਕਲ ਕੇ ਤੁਰੇ ਵੀ ਚੱਲ ਸਾਨੂੰ ਕਿਸੇ ਕੀ ਆਖਣਾ ਸਾਡਾ ਜਿਹੜਾ ਪਿਓ ਨਾ ਉਹ ਧਾਰਮਿਕ ਤੌਰ 'ਤੇ ਸਾਰਿਆਂ ਦਾ ਹੀ ਸਾਂਝਾ ਸੀ ਜਦੋਂ ਰੋਜ਼ੇ ਰਾਜੇ ਹੁੰਦੇ ਇਹਨਾਂ ਦੇ ਉੱਥੇ ਮਸੀਤਾਂ ਦੇ ਦੇਗਾ ਦੁਗਾ ਲਵਾ ਦੇਣਾ ਸੀ ਵੀ ਚਲੋ ਰੋਜ਼ੇ ਛਡਾ ਦੀਏ ਅੱਛਾ ਅਤੇ ਉਹ ਉਹਨਾਂ ਕਿਸੇ ਦਾ ਲਿਹਾਜ਼ ਨਹੀਂ ਕੀਤਾ ਉਹਨਾਂ ਮੁੜ ਕੇ ਉਹ ਅਸੀਂ ਮਸੂਲ ਤੁਰ ਕੇ ਘਰੋਂ ਗਏ ਅਤੇ ਇੱਕ ਘਰ ਖਾਲੀ ਪਿਆ ਅਸੀਂ ਗ੍ਰੰਥੀਆਂ ਦਾ ਉਹਦੇ ਘਰ ਅਸੀਂ ਬਹਿ ਕੇ ਰਾਤ ਕੱਟੀ ਅਤੇ ਅਗਲੇ ਦਿਨ ਅਸੀਂ ਤੁਰੇ ਦੇ ਅੱਗੋਂ ਟੋਲਾ ਉਹਨਾਂ ਦਾ ਮਿਲ ਪਿਆ ਉਹਨਾਂ ਫਿਰ ਸਾਨੂੰ ਪਿਓ ਸਾਹਿਬ ਹੀ ਮਾਰਤਾ ਦੇ ਤੁਹਾਡਾ ਪਿਓ ਸਾਹਿਬ ਨੇ ਮਾਰਤਾ ਨਾ ਉਹਨਾਂ ਮੁਸਲਮਾਨ ਟੋਲੇ ਨੇ ਦਰਸ਼ਾ ਉਹਨਾਂ ਕੋਲ ਬਰਸ਼ੇ ਬੁਰਸ਼ੇ ਸੀ ਅਸੀਂ ਖਾਧੀ ਅਸੀਂ ਅਤੇ ਤੁਸੀਂ ਉਦੋਂ ਉੱਥੇ ਸੀ ਜਦੋਂ ਮਾਰਿਆ ਆਹੋ ਸਾਹਮਣੇ ਸਾਡੇ ਉਹਨੇ ਸਾਨੂੰ ਜਦੋਂ ਆਖਿਆ ਭੱਜੋ ਤੁਸੀਂ ਹੁਣ ਕਿਉਂ ਮਰਦੇ ਸਾਰੇ ਕਿਉਂ ਮਰਦੇ ਜੇ ਮੈਂ ਤਾਂ ਮਰ ਚੱਲਿਆ ਉਦੋਂ ਅਸੀਂ ਫਿਰ ਭੱਜੇ ਮੇਰੇ ਮਗਰ ਇੱਕ ਲੱਗਾ ਉਹ ਕਾਪਿਆਂ ਵਾਲਾ ਉਹਨੇ ਕਾਪੇ ਜੇ ਮਾਰੇ 8-10 ਮਾਰੋ 13 ਵਜੇ ਇੱਥੇ ਮੇਰੀ ਕੰਡ 'ਚ ਉਹ ਗਲ 'ਤੇ ਜੇ ਪੈ ਜਾਂਦਾ ਤਾਂ ਮੈਨੂੰ ਵੀ ਮਾੜਾ ਮਾਰਨਾ ਸੀ ਉਹ ਗਲ ਮੇਰੇ 'ਚ ਨਾਮ ਪਿਆ ਅਤੇ ਉਹ ਮੇਰੀ ਕੰਡ ਕੁੰਡ ਛਿਲੀ ਗਈ ਅਤੇ ਅੱਗੋਂ ਅਸੀਂ ਚੜ੍ਹੇ ਹਾਂ ਥਾਣੇ ਨੂੰ ਤੋ ਥਾਣੇ ਨੂੰ ਜਦੋਂ ਮੈਂ ਚੜ੍ਹਿਆ ਤਾਂ ਅੱਗੋਂ ਸੜਕ 'ਤੇ ਇੱਕ ਹੋਰ ਖੜਾ ਸੀ ਬਰਸੀ ਵਾਲਾ ਉਹਨੇ ਮੈਨੂੰ ਫੜ ਲਿਆ ਉਹਨੇ ਆ ਉਹਨੇ ਚਲੋ ਸਾਹਮਣੇ ਮੀਆਂ ਦਾ ਮੁੰਡਾ ਜਿਹਨੇ ਕੰਮ 'ਚ ਹੋਇਆ ਸੀ ਤਾਂ ਮੀਆਂ ਨੇ ਉਹਦਾ ਮੁੰਡਾ ਸਾਡੇ ਨਾਲ ਪੜ੍ਹਦਾ ਸੀ ਉਹ ਵੇਖ ਕੇ ਆਉਂਦਾ ਅੱਬਾ ਕਰਤਾਰੇ ਨੂੰ ਮਾਰ ਦੇ ਦਿੰਦਾ ਕਿਹੜੇ ਕਰਤਾਰੇ ਨੂੰ ਉਹਨਾਂ ਭਾਜੀ ਹੁੰਦੇ ਉਹਨੇ ਜਦੋਂ ਆਖਿਆ ਉਹਨੇ ਦੂਜੇ ਨੇ ਮੀਆਂ ਨੇ ਨਾ ਮਾਰੋ ਇਹਨਾਂ ਨਹੀਂ ਮਾਰਨਾ ਅਤੇ ਉਹ ਸੱਚੀ ਉਹਨੇ ਅਸੀਂ ਤੈਨੂੰ ਕੁਛ ਨਹੀਂ ਆਉਂਦੇ ਜਿਹੜਾ ਕੁਛ ਹੋ ਗਿਆ ਤੂੰ ਉਹ ਪਿਛਾ ਮੁੜ ਗਿਆ ਤਾਂ ਬਰਸੀ ਵਾਲਾ ਅਤੇ ਗਾਲ ਘੁੱਟਣ ਵਾਲਾ ਪਿਛਾ ਮੁੜ ਗਿਆ ਇਹ ਮੀਂਹ ਹੁਣ ਦਾ ਪੂਰਾ ਨਾਂ ਕੀ ਸੀ ਰਸ਼ੀਦ ਰਸ਼ੀਦ ਅਹਿਮਦ ਅੱਛਾ ਉਹਦਾ ਮੁੰਡਾ ਜਿਹੜਾ ਤੁਹਾਡੇ ਨਾਲ ਪੜ੍ਹਦਾ ਸੀ ਉਹਦਾ ਕੀ ਨਾਮ ਸੀ ਸਦੀਕ ਨੇ ਅਸਲ 'ਚ ਤੁਹਾਨੂੰ ਬਚਾਇਆ ਹਾਂ ਉਹਨੇ ਅਸਲ 'ਚ ਬਚਾਇਆ ਸਾਡੇ ਸੀ ਸਾਰੇ ਜੀ ਬਚਾਏ ਉਹਨੇ ਸਾਰੇ ਵਾਹ ਜੀ ਸਦੀਕ ਜੀ ਸਦੀਕ ਨੇ ਵਾਹ ਜੀ ਵਾਹ ਉਹ ਜਦੋਂ ਉੱਥੇ ਆਇਆ ਨਾ ਮੈਂ ਅਤੇ ਉਹਨੇ ਜਦੋਂ ਉਹਨਾਂ ਆਖਿਆ ਵੀ ਕਿਵੇਂ ਮੈਂ ਜਦੋਂ ਆਖਿਆ ਤਾਂ ਮੈਂ ਉਹਦੇ ਹੱਥੇ 'ਚ ਮੈਂ ਚਲਾ ਗਿਆ ਉਹਨੂੰ ਮੈਂ ਆਖਿਆ ਮੈਂ ਮੀਆਂ ਜੀ ਉਹ ਸਾਡੇ ਜਿਹੜੇ ਜੀ ਨੇ ਸਾਰੇ ਬਾਕੀ ਉਹਨਾਂ ਨੂੰ ਘੇਰ ਕੇ ਲਈ ਜਾਂਦੇ ਨੇ ਤੁਸੀਂ ਉਹਨਾਂ ਨੂੰ ਜਾਓ ਛਡਾ ਕੇ ਉਹ ਫਿਰ ਵਿਚਾਰਾ ਭੱਜ ਕੇ ਗਿਆ ਅਤੇ ਉਹਨੇ ਆਖਿਆ ਨਾ ਮਾਰੋ ਇਹਨਾਂ ਨਹੀਂ ਮਾਰਨਾ ਉਹਨੂੰ ਜਾਂ ਮੀਆਂ ਸੀ ਪਹਿਲਾਂ ਉਹਦਾ ਪਿਓ ਮੀਆਂ ਸੀ ਮਸੀਤ ਦਾ ਅਤੇ ਉਹ ਮੀਆਂ ਉਹਨੂੰ ਆਉਂਦੇ ਸੀ ਮੁੜ ਕੇ ਉਹਦਾ ਟੁੱਟ ਕਰੀ ਇੰਨਾ ਬਣ ਗਿਆ ਸੀ ਸਾਰੇ ਕਰਦੇ ਸੀ ਉਹਦਾ ਆਦਰ ਮਾਨ ਉਹਨੇ ਤੁਹਾਨੂੰ ਬਚਾ ਲਿਆ ਹਾਂ ਉਹਨੇ ਬਚਾ ਲਿਆ ਸਾਡੇ ਸੀ ਸਾਰੇ ਜੀ ਸਾਡੇ ਉਹਨੇ ਬਚਾਏ ਵਿਚਾਰੇ ਜਿਹੜੇ ਮਾਰਨ ਵਾਲੇ ਸੀਗੇ ਜੀ ਉਹ ਵੀ ਪਿੰਡ ਦੇ ਸੀ ਉਹ ਪਿੰਡ ਦੇ ਸੀ ਨਹੀਂ ਜਿਹਨੇ ਤੁਹਾਨੂੰ ਤੁਹਾਡੇ ਪਿੱਛੇ ਭੱਜਿਆ ਆਹੋ
ਉਹ ਸਾਰੇ ਸਕੂਲੇ ਪਾਣੀ ਪਿਆਉਂਦਾ ਹੁੰਦਾ ਸੀ, ਮਾਛੀ ਸੀ ਉਹ। ਨਾਂ ਯਾਦ ਆ? ਨਾਂ ਉਹਦਾ ਨਹੀਂ ਰਹਿ ਗਿਆ ਯਾਰ। ਸੁਣ ਲਓ ਜੀ ਗੱਲ, ਸਮਿਆਂ ਦਾ ਚੱਕਰ। ਅਤੇ ਉਹਨੇ ਉਹ ਸਕੂਲੇ ਸਾਰੇ ਪਾਣੀ ਪਿਆਉਂਦਾ ਹੁੰਦਾ ਸੀ, ਅਤੇ ਮੈਂ ਕਿਹਾ ਕੰਜਰਾ ਤੂੰ ਕੀ ਕਰਨਾ ਹੈ? ਉਹਨੇ ਹਾਂ ਜੀ ਤੁਹਾਨੂੰ ਹਾਂ ਮਾਰਨਾ ਹੀ ਹੈ ਕਹਿੰਦਾ। ਹਾਂ, ਅਤੇ ਉਹਨਾਂ ਫਿਰ ਬਾਬਾ ਜਿਨ੍ਹਾਂ ਨੇ ਤੁਹਾਡੇ ਬਾਪ ਨੂੰ ਮਾਰਿਆ, ਹਾਂਜੀ, ਤੁਹਾਡੀਆਂ ਅੱਖਾਂ ਸਾਹਮਣੇ, ਆਹੋ, ਉਹ ਜਲਾਲ ਘੁਮਿਆਰ ਸੀ। ਕੀ ਨਾਂ ਸੀ ਦਾ? ਜਲਾਲ ਘੁਮਿਆਰ। ਤੁਸੀਂ ਐਨ ਦੇਖਿਆ ਸਾਹਮਣੇ? ਆਹੋ, ਸਾਹਮਣੇ ਵੇਖਿਆ। ਜਦੋਂ ਉਹਨੇ ਡਿੱਗ ਪਿਆ, ਇਹ ਉਹਨੇ ਆਖਿਆ ਤੁਸੀਂ ਸਾਰੇ ਕਿਉਂ ਮਰ ਰਹੇ ਜੇ ਭੱਜੋ? ਫਿਰ ਅਸੀਂ ਉਦੋਂ ਭੱਜਿਆ ਨਹੀਂ, ਅਸੀਂ ਉਹਦੇ ਲਾਰੇ ਮੇਰੇ ਹੋਈ ਜਾਂਦੇ। ਤੁਹਾਡੇ ਬਾਪ ਨੇ ਡਿੱਗ ਕੇ ਵੀ ਮਰਨ ਲੱਗਿਆ ਵੀ ਤੁਹਾਨੂੰ ਆ ਬਚਾਇਆ ਉਹਨੇ। ਵਾਹ ਜੀ ਵਾਹ। ਅਤੇ ਇਹ ਜਿਹੜੀਆਂ ਬੀਬੀਆਂ ਸਾਡੀਆਂ ਉਹ ਵੀ ਨਾਲ ਮਗਰ ਉਹਨਾਂ ਨੂੰ ਘੇਰ ਕੇ ਮਸੀਤ ਨੂੰ ਲੈ ਜਾਂਦੇ ਸੀ, ਤੁਹਾਨੂੰ ਮੁਸਲਮਾਨੀਆਂ ਕਰਨੇ ਆ। ਅਤੇ ਇਹ ਜਿਹੜਾ ਸੀ ਮੰਜੇ ਤੋਂ ਉੱਥੇ ਆਸੇ 'ਚ ਗਿਆ ਮੀਆਂ ਰਸ਼ੀਦ ਦੇ 'ਚ, ਉਹਨੂੰ ਮੈਂ ਕਿਹਾ ਸਾਰੀਆਂ ਉਹਨੂੰ ਲਿਆ ਛਡਾ ਕੇ, ਉਹ ਵਿਚਾਰਾ ਭੱਜਾ ਗਿਆ ਅਤੇ ਉਹਨੇ ਫਿਰ ਲਿਆਂਦੀ ਸਾਰੀਆਂ ਛਡਾ ਕੇ ਲਿਆਂਦੀ। ਰਸ਼ੀਦ ਹੋਣੀ ਵਧੀਆ ਬੰਦੇ ਸੀ, ਬਹੁਤ ਵਧੀਆ ਬੰਦਾ ਸੀ, ਸਾਡੇ ਵਾਸਤੇ ਵਧੀਆ ਸੀ, ਕੀ ਪਤਾ ਲੋਕਾਂ ਵਾਸਤੇ ਉਹਨਾਂ ਲੋਕੀਆਂ ਕੰਮ ਹੀ ਇਹਨੇ ਚਲਾਇਆ ਕਹਿੰਦੇ ਸੀਗੇ। ਹਾਂ, ਅਤੇ ਸਾਡੇ ਤਾਂ ਜਿੰਨੇ ਜੀਅ ਬਚਾਏ ਨੇ ਸਾਰੇ ਉਹਨੇ ਬਚਾਏ ਨੇ, ਜਦੋਂ ਸਾਡੇ ਤਾਏ ਦੇ ਸਾਡੇ ਜਿੰਨ ਸਾਰੇ ਇਕੱਠੇ ਸਾਂ। ਕੀ ਨਾਂ ਸੀ ਤੁਹਾਡੇ ਤਾਇਆ ਜੀ ਦਾ? ਸਰਾਇਣ ਸਿੰਘ। ਉਹ ਆ ਗਏ ਸਹੀ ਸਲਾਮਤ? ਉਹ ਆ ਗਿਆ ਸੀ, ਮਤਲਬ ਜਦੋਂ ਕਦੇ ਰੋਜ਼ੇ ਰੱਖਦੇ ਹੁੰਦੇ ਸੀ, ਉਹ ਰੋਜ਼ੇ ਖਿਲਾਉਣ ਲਈ ਤੁਹਾਡੇ ਸਾਡਾ ਬਾਪ ਦੇਖਣ ਨਾਲ ਚੌਲਾਂ ਦੀਆਂ। ਅੱਛਾ ਅੱਛਾ, ਉਹਨਾਂ ਨੂੰ ਇਹ ਗੱਲ ਯਾਦ ਰਹੀ ਹੋਣੀ ਆ। ਮੀਂਹ ਨੂੰ ਤਾਂ ਇਹ ਗੱਲ ਯਾਦ ਸੀ, ਉਹ ਦੂਜੇ ਜੇ ਲਗਨ ਬਚ ਗੁਰੀ ਸੀ, ਉਹਨਾਂ ਨੂੰ ਕੀ ਯਾਦ ਸੀ? ਉਹ ਇੱਕ ਜਿਹੜਾ ਅਸਲ 'ਚ ਜਿਹਦਾ ਗੁਣਾ ਸੀ ਨਾ, ਉਹਨੇ ਜਲਾਲ ਘੁਮਿਆਰ ਸੀ, ਉਹਨੂੰ ਉਹਨੇ ਫੜਾਇਆ ਸੀ ਥਾਣੇ ਸਾਡੇ ਪਿਓ ਨੇ। ਅੱਛਾ ਅੱਛਾ ਅੱਛਾ। ਅਤੇ ਉਹ ਸਾਡੇ ਪਿਓ ਨੇ ਦਿੱਤੀ ਸਨ ਸਾਰੇ ਕੋਠੇ ਜਿਹੇ ਸੀ ਬਾਬਾ ਕੱਚੇ ਜੇ, ਉਹ ਕਿਰਾਏ ਦਿੱਤੇ ਸੀ, ਅਤੇ ਉਹਦੇ ਵਿੱਚ ਇੱਕ ਵਿਚਾਰੀ ਸੀ, ਉਹ ਬੈਠੀ ਸੀ ਅਤੇ ਉਹਨੂੰ ਜਾ ਪਿਆ ਕੰਜਾ ਜਲਾਲ ਰਾਤ, ਉਹਨੇ ਉਹਨੂੰ ਸਵੇਰੇ ਸਾਣੇ ਫੜਾਇਆ ਚਾਚੇ ਨੇ ਸਾਡੇ ਪਿਓ ਨੇ, ਅਤੇ ਉਸ ਗੱਲ ਦਾ ਉਹਨੂੰ ਗੁੱਸਾ ਕੀਤਾ ਅਤੇ ਉਹ ਗੁੱਸੇ ਨੂੰ ਉਹਨੇ ਮਾਰਿਆ ਜੀ। ਠੀਕ ਠੀਕ, ਉਹ ਮਨ 'ਚ ਰੱਖੀ ਗੱਲ। ਹਾਂ, ਜੇ ਉਹ ਨਾਨਾ ਨਾਲ ਹੁੰਦਾ ਫਿਰ ਉਹਨਾਂ ਨਹੀਂ ਸੀ ਮਾਰਨਾ, ਉਹਨਾਂ ਇੱਕ ਦਿਨ ਵਿੱਚੋਂ ਆਖਿਆ ਸੀ ਭਾਈ ਨਾਲ ਕਿਉਂ ਮਾਰਨੇ ਆਪਣੇ ਦਾਦੇ ਮੁਸਲਮਾਨ ਨਹੀਂ ਨੇ, ਪਰ ਉਹ ਕੰਜਾ ਦੀ ਮਰਸੀ ਮਾਰਦੀ। ਬਾਬੀ ਇੱਕ ਗੱਲ ਦੱਸਿਓ, ਜਿਹੜੇ ਤੁਹਾਡੇ ਆਪਣੇ ਭੁੱਲਰ ਸੀ, ਉਹਨਾਂ ਨੇ ਕੀ ਰੋਲ ਨਿਭਾਇਆ ਉਦੋਂ? ਕੁਛ ਵੀ ਨਾ ਰੋਲ, ਕੀ ਜੇ ਕਈ ਦਿਨ ਪਹਿਲਾਂ ਬਾਹਰ ਆ ਕੇ ਨਿਕਲ ਆਏ ਸੀ, ਅਤੇ ਜਿਹੜੇ ਕਾਬੂ ਆ ਗਏ ਉਹ ਸਾਰੇ ਕਾਬੂ ਆ ਗਏ। ਸਾਡੇ ਮੁਸਲਮਾਨ ਭੁੱਲਰ ਸਾਡੇ ਮਾਰਾਂ ਦੇ 250 ਜੀ ਇੱਕ ਚਬਾਰੇ 'ਚ ਵੜ ਗਿਆ, ਉਹ ਬਾਬੇ ਭਲਾਂਕਾ ਵਿਚਾਰਾ ਸੀ ਤੇਜਾ ਸੀਗਾ, ਅਤੇ ਉਹ ਚਬਾਰੇ ਦੇ ਵਿੱਚ ਸਾਰੀ ਪੱਤੀ ਦੇ ਜੀ 100-150 ਇਕੱਠਾ ਹੋ ਗਿਆ, ਅਤੇ ਉਹਨਾਂ ਨੇ ਉਹਨਾਂ ਅੱਖ ਬਾਹਰੋਂ ਬਚੇਰੀਆਂ ਉਹਨਾਂ ਮਾਰੀਆਂ, ਫੈਰਪੁਰ ਵੀ ਕੀਤੇ ਵੀ ਲਾਓ ਬੂਆ, ਉਹਨਾਂ ਨੇ ਅਸੀਂ ਨਹੀਂ ਲਾਉਣਾ, ਜਿਹਨਾਂ ਕੋਲ ਜ਼ਿੰਮੇਵਾਰ ਬੰਦਾ ਨਾ ਆਵੇਗਾ ਉਦੋਂ ਅਸੀਂ ਲਾਵਾਂਗੇ ਬੂਆ, ਜ਼ਿੰਮੇਵਾਰ ਬੰਦਾ ਆਵੇ। ਫਿਰ ਕਪਤਾਨ ਗਿਆ ਇੱਥੋਂ ਥਾਣੇ ਪੁਲਿਸ ਦਾ, ਉਹਨੇ ਕਿਹਾ ਮੈਂ ਕੈਪਟਨ ਹਾਂ, ਕਪਤਾਨ ਹਾਂ, ਅਤੇ ਤੁਸੀਂ ਬੂਆ ਲਾ ਦਿਓ, ਤੁਹਾਨੂੰ ਕੁਛ ਨਹੀਂ ਹੁੰਦਾ ਉਹਨਾਂ। ਅਤੇ ਉਹਨਾਂ ਕਿਹਾ ਚੰਗਾ, ਉਹ ਬੂਆ ਉਹਨਾਂ ਲਾ ਦਿੱਤਾ, ਅਤੇ ਉਹ ਥਾਣੇ ਉਹਨਾਂ ਥਾਣੇ ਸਾਰਿਆਂ ਨੂੰ ਲੈ ਗਏ 100-150 ਜੀ ਸੀ, ਅਤੇ ਸਾਨੂੰ ਵੀ ਥਾਣੇ ਤੋਂ ਲੈ ਕੇ ਉੱਥੇ 200 ਚੀਜ਼ ਜੁੜ ਕੇ ਥਾਣੇ। ਅਤੇ ਉਹ ਮੁੜ ਕੇ ਜਦੋਂ ਉਹਨਾਂ ਆਖਿਆ ਸੀ ਵੀ ਟਰੱਕ ਦੇ ਇਹਨਾਂ ਨੂੰ ਬਹਾਲ ਹੋਏ, ਛੱਡ ਕੇ ਆਓ ਫਿਰੋਜ਼ਪੁਰ, ਉਹ ਉਹਨਾਂ ਨੇ ਐਵੇਂ ਝੂਠ ਹੀ ਮਾਰਿਆ ਸੀ। ਉਹ ਜਦੋਂ ਗੰਡਾ ਸਾਹਿਬ ਥਾਣੇ ਆਏ ਤਾਂ ਉਹਨਾਂ ਟਰੱਕ ਖਿਲਾਰ ਦਿੱਤੇ, ਅਤੇ ਮਗਰੋਂ ਉਹ ਜਿਹੜੇ ਇੱਧਰੋਂ ਉਜੜ ਕੇ ਲੈ ਜਾਂਦੇ ਸੀ ਮੁਸਲਮਾਨ, ਉਹ ਲੈ ਕੇ ਬਰਛੇ ਸਾਡੇ ਨਾਲੇ ਹੋ ਗਏ। ਅੱਛਾ ਜੀ, ਜਿਹੜੇ ਇੱਧਰੋਂ ਉੱਜੜ ਕੇ ਜਾਂਦੇ ਸੀ ਉਹ ਸ਼ਿਕਾਰ ਆ ਗਿਆ, ਸ਼ਿਕਾਰ ਆ ਗਿਆ। ਉਹ ਜਦੋਂ ਨੇੜੇ ਆਏ, ਉਹ ਨੇੜੇ ਦੇ ਉਹ ਮੁੜ ਕੇ ਕੁਦਰਤੀ ਸਾਡੀ ਵਧੀ ਸੀ, ਮਗਰੋਂ ਮਿਲਟਰੀ ਦੀ ਆ ਗਿਆ ਡੋਗਰਿਆਂ ਦਾ ਟਰੱਕ ਜਿਹਾ, ਅਤੇ ਉਹਨਾਂ ਕਿਹਾ ਬਾਤ ਇਹੀ ਆ ਸਾਨੂੰ ਮਾਰਤੇ ਨੇ, ਬਾਤ ਕਿਹਾ ਹੈ? ਉਹਨਾਂ ਆਖਿਆ ਚਲੋ ਉਹਨਾਂ ਬਜ਼ੂਕਾ ਕੱਸ ਕੇ ਕੜਕੜ ਕਰਾਈ, ਤਾਂ ਉਹਨਾਂ ਜਿਹੜਾ ਨੇੜੇ ਆ ਗੋਲੀ ਮਾਰ ਲਿਆਂਗੇ। ਉਹ ਫਿਰ ਪਿਛਾਂ ਭੱਜ ਗਏ, ਉਹਨਾਂ ਪਹਿਲਾਂ ਇਹਨਾਂ ਨੂੰ ਫਿਰੋਜ਼ਪੁਰ ਛੱਡ ਗਿਆ ਉਹ, ਅਤੇ ਫਿਰ ਜਦੋਂ ਮਰਜ਼ੀ ਜਾਇਆ ਜੇ। ਉਹਨੂੰ ਟਰੱਕਾਂ ਦੇ ਆਖਿਆ ਸਾਡੇ ਕੋਲ ਜੀ ਤੇਲ ਗੋਣੀ ਜੋ ਹੋਇਆ ਮਾਰੇ ਉਹਨੇ ਪਰਾ 'ਚ, ਉਹਨਾਂ ਹੱਥ ਸਾਨੂੰ ਨਹੀਂ ਪਤਾ ਅੱਗੇ ਜਾਣ ਦਾ, ਤੇਲ ਗੋਣੀ ਦਾ ਮਗਰ ਜਾਣ ਦਾ ਹੈਗਾ, ਤੁਸੀਂ ਅੱਗੇ ਚਲੋ ਫਿਰੋਜ਼ਪੁਰ ਛੱਡ ਗਿਆ ਉਹ, ਫਿਰ ਜਦੋਂ ਮਰਜ਼ੀ ਚਲੇ ਜਾਇਆ ਜੇ।
ਉਹ ਫਿਰ ਸਾਨੂੰ ਟਰੱਕ ਵਾਲੇ ਛੱਡ ਕੇ ਗਏ। ਉਹਨਾਂ ਉਹਨਾਂ ਸਾਰੀਆਂ ਬੀਬੀਆਂ ਸੀ ਜਿਹੜੀਆਂ ਉਹਨਾਂ ਨੂੰ ਤਾਂ ਅੱਗੇ ਤੋਰ ਲਿਆ ਨਾ, ਬੀਬੀਆਂ ਚਰੱਖ 'ਤੇ ਚੜਾ ਲਈਆਂ ਅਤੇ ਅਸੀਂ ਤੁਰ ਪਏ ਅੱਗੇ ਅੱਗੇ। ਸ਼ਾਹੀ ਸਾਹਿਬ ਤਿੰਨ ਚਾਰ ਕੁ ਮੀਲ ਬਣਦੇ ਗਏ ਉੱਥੋਂ, ਥਾਣਾ ਜਿਹੜਾ ਹੈ ਨਾ ਹੀ ਭੁੱਲ ਗਿਆ, ਉਹਦਾ ਉੱਥੋਂ ਚਾਰ ਕੁ ਪੰਜ ਗਏ ਗੰਡਾ ਸਿੰਘ ਵਾਲਾ, ਉੱਥੋਂ ਤਿੰਨ ਚਾਰ ਮੀਲ ਹੈਗਾ, ਪੰਜ ਛੇ ਮੀਲ ਹੋਵੇਗਾ। ਉਹ ਅਸੀਂ ਛੇ ਮੀਲ ਸ਼ਾਹੀ ਸਾਹਿਬ ਤੁਰ ਕੇ ਆਏ ਅਤੇ ਬੀਬੀਆਂ ਤਖਤੇ ਚੜ੍ਹਨੀਆਂ ਅਤੇ ਅਸੀਂ ਸਾਨੂੰ ਜਿੰਨਾ ਕੁ ਜੀ ਵਜੇ ਸਾਨੂੰ ਆ ਗਏ। ਇਹ ਲੁਧਿਆਣੇ 'ਚ ਕਿੰਨੇ ਕੁ ਕਤਲ ਹੋਏ ਜੀ? ਲੁਧਿਆਣੇ 'ਚ ਵਾਹਵਾ ਕਤਲ ਹੋਏ ਨੇ, ਸਾਡੀ ਪੱਤੀ ਦੇ ਯਾਰਾਂ ਜੀ ਦਾ ਸਾਡੀ ਸੌ ਕੁ ਬੰਦਾ ਮਾਰ ਗਿਆ ਸੀ ਲੁਧਿਆਣੇ 'ਚ। ਔਰ ਪਿੰਡ ਵਾਲਿਆਂ ਨੇ ਮਾਰਿਆ? ਪਿੰਡ ਵਾਲਿਆਂ ਨੇ ਯਾਰਾਂ ਜੀ ਤਾਂ ਸਾਡੀ ਪੱਤੀ ਦੇ ਹੀ ਮਰ ਗਏ। ਕਈ ਤੁਹਾਡੇ ਹਾਣ ਦੇ ਵੀ ਹੋਣਗੇ? ਹਾਣ ਦੇ ਤਾਂ ਪਤਾ ਨਹੀਂ ਕੋਈ ਹੈਗਾ ਸੀ ਕਿ ਨਹੀਂ, ਪਰ ਵਡੇਰੇ ਬੰਦੇ ਹੀ ਮਰੇ ਜਿਹੜੇ ਪਹਿਲਾਂ 'ਚ ਬਹਿੰਦੇ ਹੁੰਦੇ ਸੀ ਤਖਤ ਪਾਤਸ਼ਾਹ ਦੇ ਬੈਠੇ ਅਤੇ ਉੱਥੇ ਠਾਠ ਮਾਰ ਮਾਰਦੇ ਸੀ, ਪਹਿਲਾਂ ਉਹਨਾਂ ਨੂੰ ਜਾ ਕੇ ਮਾਰਤਾ ਬਰਸੀਆਂ ਮਾਰ ਕੇ। ਜਿਹੜਾ ਮਤਲਬ ਤੁਹਾਡਾ ਪਿੰਡ ਉਹਨਾਂ ਪਿੰਡਾਂ 'ਚੋਂ ਸੀਗਾ, ਬਦਨਸੀਬ ਪਿੰਡਾਂ 'ਚੋਂ, ਜਿੱਥੇ ਐਡੀ ਵੱਡੀ ਕਤਲੋਗਾਰਤ ਹੋਈ। ਔਰ ਦੁੱਖ ਵਾਲੀ ਗੱਲ ਇਹ ਆ ਵੀ ਪਿੰਡ ਵਾਲਿਆਂ ਨੇ ਪਿੰਡ ਦੇ ਮਾਰਤੇ, ਪਿੰਡ ਵਾਲਿਆਂ ਨੇ ਪਿੰਡ ਮਾਰੇ ਬੰਦੇ, ਪਿੰਡ ਪਾਸੋਂ ਕੋਈ ਨਹੀਂ ਬੰਦਾ ਨਹੀਂ। ਮਤਲਬ ਮੇਨ ਇਹਨਾਂ ਦਾ ਹੈੱਡ ਸੀਗਾ, ਹੈੱਡ ਇਹਦਾ ਇਹ ਸੀ ਜੇ ਸਰਕਾਰ ਨਾਲ ਨਾ ਕੋਈ ਰਹੀ, ਸਰਕਾਰ ਖਤਮ ਹੋ ਗਈ ਅਤੇ ਇਹ ਇਹਨਾਂ ਨੂੰ ਆਪਦਾ ਪ੍ਰੋਗਰਾਮ ਬਣਾਇਆ ਸੀ ਅਤੇ ਜੱਟ ਜਿਹੜੇ ਸੀ ਉਹ ਸੁੱਤੀਆਂ ਮੱਝੀ ਸਨ, ਉਹਨਾਂ ਸਾਡੀ ਸਾਡੀ ਕੌਣ ਸਾਨੂੰ ਇੱਥੋਂ ਲਾ ਸਕਦਾ, ਸਾਰੀ ਪ੍ਰਤਾਪ ਦੇ ਜਿਹੜਾ ਨੇ ਉਹ ਪ੍ਰਤਾਪ ਜਿਹੜਾ ਜਿਹੜੀ ਸੀ ਉਹ ਉੱਖੜ ਲੱਗਿਆ, ਪਤਾ ਨਹੀਂ ਲੱਗਾ ਨਹੀਂ ਜੀ। ਜੱਟ ਬੜੇ ਤਗੜੇ ਸੀ, ਮੁਸਲਮਾਨਾਂ ਕੀ ਪੈਂਦਾ ਸੀ, ਉਹ ਤਾਂ ਚੁੱਪ ਕਰਕੇ ਬਹਿ ਰਹੇ ਤੇ ਉਹ ਕੰਨੀਆਂ ਤਿਆਰੀ ਕਰਦੇ ਰਹੇ। ਸਾਡੇ ਪਿੰਡ ਦੇ ਇਸ ਪਾਸੇ ਨੁਕਸਾਨ ਹੋਇਆ ਹੈ। ਬਾਬਾ ਜੀ ਇੰਨੀ ਕਤਲੋਗਾਰਤ ਹੋਈ, ਉਸ ਕਤਲੋਗਾਰਤ 'ਚ ਤੁਹਾਡੇ ਪਿਤਾ ਜੀ ਵੀ ਤੁਰ ਗਏ, ਪਿੰਡ ਦੇਖਣ ਨੂੰ ਜੀ ਕਰਦਾ ਜੀ? ਨਾ ਮੈਂ ਤਾਂ ਕਦੀ ਆਖਿਆ ਨਹੀਂ ਮੈਂ ਪਿੰਡ ਜਾਣਾ ਹੈ। ਜਿਨ੍ਹਾਂ ਨੇ ਉਹ ਨਕਸ਼ਾ ਵੇਖਿਆ, ਜਿਨ੍ਹਾਂ ਨੂੰ ਮਾਰ ਪਈ ਹੈ ਉਹ ਤਾਂ ਨਹੀਂ ਆਉਂਦੇ, ਅਤੇ ਬਾਕੀ ਵੀ ਜਿਹੜੇ ਨਹੀਂ ਕੁਛ ਵੇਖਿਆ ਜਿੰਨਾ ਉਹ ਤਾਂ ਆਉਂਦੇ ਪਿੰਡ ਵੇਖਣਾ ਹੈ। ਨਹੀਂ ਤੁਸੀਂ ਉਸ ਪਿੰਡ ਨੂੰ ਮਤਲਬ ਜਦੋਂ ਵੀ ਯਾਦ ਕਰਦੇ ਆ ਨਫ਼ਰਤ ਨਾਲ ਯਾਦ ਕਰਦੇ ਆ ਜਾਂ ਮੁਹੱਬਤ ਨਾਲ? ਨਹੀਂ ਯਾਦ ਤਾਂ ਮੁਹੱਬਤ ਨਾਲ ਕਰਦੇ ਹਾਂ, ਨਫ਼ਰਤ ਤਾਂ ਉਹਨਾਂ ਬੰਦਿਆਂ ਨਾਲ ਜਿਹੜੇ ਇਹਨਾਂ ਨੇ ਮਾੜਾ ਕੰਮ ਕੀਤਾ ਹੈ। ਉਹ ਸਾਡੇ ਪਿੰਡ ਵਰਗਾ ਪਿੰਡ ਕਿਹੜਾ ਸੀ? ਉਹਨੂੰ ਦੋ ਨਹਿਰਾਂ ਉੱਧਰ ਉੱਧਰ ਹੀ ਨਿਕਲਦੀਆਂ ਸੀ, ਇੱਕ ਡੂਡ ਮਾਲ 'ਤੇ ਅਤੇ ਇੱਕ ਮੀਲ 'ਤੇ, ਅਤੇ ਚਾਰ ਪੰਜ ਛੇ ਦਾਮਨੇ ਸੀ, ਇੱਕ ਮਰਲਾ ਨਹੀਂ ਸੀ ਬਣੇ ਬਣਾਉਣ ਪਿੰਡ 'ਚ, ਅਤੇ ਅੱਠ ਨੌ ਹਜ਼ਾਰ ਦੀ ਹੈਗੀ ਸੀ ਕਿੱਲੇ ਦੀ ਜ਼ਮੀਨ ਪਿੰਡ ਦੀ। ਬਾਈ ਕਦੀ ਕਦੀ ਬਾਅਦ 'ਚ ਤੁਹਾਡਾ ਇਹ ਦਿਲ ਕਰਦਾ ਰਿਹਾ ਵੀ ਮੈਂ ਜਾਵਾਂ ਕਿਤੇ? ਨਹੀਂ ਮੇਰਾ ਤਾਂ ਨਹੀਂ ਕੀਤਾ ਵੀ ਜਾਈਏ, ਮੈਂ ਤਾਂ ਉਹ ਜਿਹਨਾਂ ਨੇ ਤੁਹਾਡਾ ਪਾਪ ਮਾਰਿਆ ਉਹ ਬਦਲਾ ਲੈਣ ਦੀ ਵੀ ਕਦੀ? ਬਦਲਾ ਲੈਣ 'ਤੇ ਤਾਂ ਇਹ ਕਰਦਾ ਸੀ ਪਰ ਜਾਇਆ ਨਹੀਂ ਜਾਂਦਾ, ਉੱਥੇ ਪੜ੍ਹਦੇ ਕਿਵੇਂ? ਮਤਲਬ ਮਨ ਉਬਾਲੇ ਖਾਂਦਾ ਰਿਹਾ, ਉਬਾਲੇ ਤਾਂ ਖਾਂਦਾ ਰਿਹਾ ਵੀ। ਕਿੰਨੇ ਭੈਣ ਭਰਾ ਸੀ ਤੁਸੀਂ ਜੀ? ਅਸੀਂ ਮੇਰੇ ਨਾਲ ਤਿੰਨ ਸਾੜੀਆਂ ਭੈਣਾਂ ਸੀ ਅਤੇ ਚਾਰ ਅਸੀਂ ਭਰਾ ਸਾਂ। ਤੁਸੀਂ ਸਾਰੇ ਸਹੀ ਸਲਾਮਤ ਆ ਗਏ? ਸਹੀ ਸਲਾਮਤ ਆ ਗਏ। ਕੋਈ ਉੱਥੇ ਰਹਿ ਵੀ ਗਿਆ? ਨਾ ਸਾਡਾ ਕੋਈ ਜੀ ਨਹੀਂ ਗਿਆ, ਜਿਹੜੇ ਦੋ ਜੀ ਮਰ ਗਏ ਸਾਡਾ ਮਾਂ ਅਤੇ ਪਿਓ, ਉਹ ਦੋਵੇਂ ਮਰ ਗਏ। ਉਹ ਮਾਂ ਵੀ ਸਾਡੀ ਆ ਗਈ ਸੀ ਸਾਡੇ ਨਾਲ, ਅਤੇ ਉੱਥੋਂ ਖਲੋ ਕੇ ਆਉਂਦੀ ਹੈ, ਖਲੋ ਕੇ ਵੇਖ ਆਉਂਦੇ ਹਾਂ ਜਿੱਦਾਂ ਸਾਗ ਦਾ ਐਲਬਾ ਚੁੱਕ ਚੱਕ ਲੈਵਾਂਗੇ। ਉਹ ਉੱਥੇ ਜਦੋਂ ਪੀਆਂ ਗਈ ਉਹਦੇ ਕੋਲ ਅਤੇ ਉਹਨਾਂ ਆਖਿਆ ਭੱਜ ਜਾ ਤੇਰੇ ਵੀ ਮਾਰ ਦੂਗੇ, ਉਹਨਾਂ ਹੱਥ ਮੈਨੂੰ ਵੀ ਮਾਰ ਦਿਓ, ਮੈਂ ਕਿ ਜਾ ਕੇ ਲੈਣਾ ਇਹਦੋਂ ਬਿਨਾਂ। ਉਹਨੇ ਮਾਰ ਕੇ ਬਰਸੀ ਉਹਨਾਂ ਨੂੰ ਉੱਤੇ ਸੜਦਾ, ਉਮਰ ਕੇ ਥਾਣੇ ਦੋਵੇਂ ਲਾਸ਼ਾਂ ਆਈਆਂ ਸੀ। ਤੁਹਾਡੀ ਮਾਂ ਵੀ ਉੱਥੇ ਹੀ? ਉੱਥੇ ਹੀ। ਇਹ ਤਾਂ ਤੁਹਾਡੇ ਲਈ ਤਾਂ ਸੰਤਾਲੀ ਬੜਾ ਕਹਿਰ ਵਾਲਾ ਸੀਗਾ ਜੀ। ਬੜਾ ਕਹਿਰ ਵਾਲਾ ਸੀ। ਤੁਹਾਡੇ ਭਰਾਵਾਂ ਦੀ ਕੀ ਨਾਂ ਜੀ? ਵੱਡਾ ਸਾਹਿਬ ਮੇਸੋ ਜਾਗਰ ਸਿੰਘ ਅਤੇ ਮੇਰਾ ਨਾਂ ਕਰਤਾਰ ਸਿੰਘ ਸੀ, ਅਤੇ ਛੋਟੇ ਨਾਂ ਜਗਤਾਰ ਸਿੰਘ ਸੀ, ਅਤੇ ਉਹਦੇ ਛੋਟੇ ਨਾਂ ਬੇਅੰਤ ਸਿੰਘ। ਫਿਰ ਤੁਹਾਨੂੰ ਹਰੇਕ ਮੋੜ 'ਤੇ ਇਹ ਕਮੀ ਇਹ ਘਾਟ ਮਹਿਸੂਸ ਹੁੰਦੀ ਰਹੀ? ਘਾਟ ਤਾਂ ਬੜੀ ਮਹਿਸੂਸ ਹੁੰਦੀ, ਬਈ ਕੀਤਾ ਕਿ ਜਾਏ ਨਾ ਤਾਂ ਲੱਪੜਿਆ ਜਾਂਦਾ ਸੀ ਨਾ ਕੁਛ ਨਾ ਲੈਣ ਦੇਣ। ਨਾਨਕੇ ਕਿਹੜੇ ਪਿੰਡ ਸੀ ਤੁਹਾਡੇ? ਨਾਨਕੇ ਸਾਡੇ ਚੜ੍ਹੇ ਵਣ ਸਨ, ਉੱਥੋਂ ਤਿੰਨ ਕੁ ਮੀਲ ਹੈਗਾ ਸੀ ਸਾਡੇ ਪਿੰਡੋਂ ਚੜ੍ਹੇ ਵਣ। ਉਹ ਕਿਹੜੀ ਗੋਦ ਦਾ ਪਿੰਡ ਸੀ? ਉੱਥੇ ਚਾਰ ਜਾਂਦਾ ਸਨ, ਚਾਰ ਭੁੱਲਰ ਵੀ ਹੈਗੇ ਸਨ ਅਤੇ ਸੰਧੂ ਵੀ ਹੈਗੇ ਸਨ ਅਤੇ ਰਾਵ ਵੀ ਹੈਗੇ ਸਨ ਅਤੇ ਗਿੱਲ ਵੀ ਹੈਗੇ ਸਨ। ਤੁਹਾਡੇ ਨਾਨਕੇ ਕਿਹੜੇ ਸੀ?
ਸਾਡੇ ਨਾਨਕੇ ਜੇਲ੍ਹ ਸੀ। ਉਹ ਵੀ ਕਿੱਥੇ ਆ ਕੇ ਬੈਠੇ ਜੀ? ਹਾਂਜੀ, ਉਹ ਪਿਸ਼ਾਵਰ ਨਾਲੇ ਬੈਠੇ, ਬਰਨਾਲੇ। ਹਾਂਜੀ, ਅੰਮ੍ਰਿਤਸਰ ਪੱਟੀ 'ਚ। ਹਾਂਜੀ, ਬਰਨਾਲਾ ਬੜਾ ਵੱਡਾ ਪਿੰਡ ਸੀ। ਹਾਂ, ਬੜਾ ਪਿੰਡ ਸੀ ਬਰਨਾਲਾ, ਘਰਿਆਲਾ ਸ਼ਾਇਦ। ਨਾ, ਘਰਿਆਲੇ ਸਾਰੇ ਪਿੰਡ ਦੇ ਘਰਿਆਲੇ ਵਾਲੇ ਬੰਦੇ ਪੈਸੇ ਲਿਆਣੀਆਂ ਜੀ। ਨਹੀਂ, ਮੁਸਲਮਾਨ ਸੰਧੂਆਂ ਦੇ ਜੱਟਾਂ ਦੇ ਪਿੰਡ ਸੀਗੇ ਜੀ। ਨਾ, ਉਹ ਸਾਰੇ ਮੁਸਲਮਾਨ, ਦੋਵੇਂ ਪਿੰਡ ਪਿਓਰ ਮੁਸਲਮਾਨ ਦੇ ਸੀ ਅਤੇ ਤਗੜੇ ਪਿੰਡ ਸੀ ਉਹ। ਤਗੜੇ ਸੀ? ਹਾਂ, ਉੱਥੇ ਉੱਥੇ ਸਾਰੇ ਪਿੰਡ ਦੇ ਬੜੇ ਲੋਕ ਉੱਥੇ ਬਹਿ ਗਏ ਸੀ ਆ ਕੇ, ਉਹਨਾਂ ਪਿੰਡ, ਉਹਨਾਂ ਦੋਵਾਂ ਪਿੰਡਾਂ 'ਚ। ਤੁਸੀਂ ਪਹਿਲਾਂ ਆਪਣੇ ਜੱਦੀ ਆਪਣੇ ਉੱਥੇ ਅੰਮ੍ਰਿਤਸਰ 'ਚ ਗਏ ਹੋਣੇ ਨਾ ਜੀ? ਨਹੀਂ, ਅਸੀਂ ਤਾਂ ਤੁਹਾਨੂੰ ਦੱਸਿਆ ਫਿਰੋਜ਼ਪੁਰ ਕੋਲ ਪਤਰਾਬ ਪਿੰਡ, ਉੱਥੇ ਰਹੇ ਸਾਂ 3 ਸਾਲ ਜੀ ਜੀ, ਅਤੇ ਉੱਥੋਂ ਫਿਰ ਜੂ ਪਹਿਲੀਆਂ ਲਾਟ ਹੋਈਆਂ ਤਾਂ ਇੱਥੇ ਹੀ ਆ ਗਏ ਸਿੱਧੇ। ਚਲੋ ਬਾਬਾ ਜੀ, ਤੁਹਾਡੀ ਕਹਾਣੀ ਐਡੀ ਦਰਦਨਾਕ ਹੋਊਗੀ ਮੈਨੂੰ ਨਹੀਂ ਸੀ ਪਤਾ, ਮੈਂ ਤਾਂ ਜਾਦਾਂ ਇਕੱਠੀਆਂ ਕਰਨ ਆਇਆ। ਬੜੀ ਬੜਾ ਜਿਹਾ ਕਸ਼ਟ ਆਇਆ, ਪਰ ਕੀ ਕੀਤਾ ਜਾਏ ਹੁਣ, ਜਿਹੜਾ ਕੋਈ ਕਰਮਾਂ 'ਚ ਆ ਗਿਆ, ਜੇ ਉਹਨੂੰ ਕਸ਼ਟ ਮਿਲਦੇ ਰਹਿੰਦੇ ਤਾਂ ਭਾਵੇਂ ਆਪ ਹੀ ਮਰ ਜਾਂਦੇ ਰੋਲਾ ਕੇ। ਨਹੀਂ ਨਹੀਂ, ਇਹ ਤੁਹਾਡੀ ਬਹਾਦਰੀ ਆ ਜੀ ਕਿ ਤੁਸੀਂ ਉੱਭਰੇ ਆ ਉਸ ਕਸ਼ਟ ਵਿੱਚੋਂ। ਨਹੀਂ, ਬੜਾ ਬੜਾ ਕਿਰਪਾ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਨੇ, ਬਣਾਇਆ ਬੰਦੇ ਕੀ ਉੱਭਰਨਾ। ਵਾਕਿਆ ਜੀ, ਚਲੋ ਬਾਬਾ ਜੀ ਸਤਿ ਸ਼੍ਰੀ ਅਕਾਲ। ਕੋਈ ਹੋਰ ਗੱਲ ਚੇਤੇ ਆਉਂਦੀ ਉਹ ਵੀ ਸੁਣਾ ਦਿਓ। ਹੋਰ ਗੱਲ ਤੁਸੀਂ ਪੁੱਛੋ ਜਿਹੜੀ ਉਹ ਸੁਣਾ ਦਿੰਦੇ ਹੋ। ਅਤੇ ਉਹ ਜਦੋਂ ਉਸ ਦੌੜ ਭੱਜ ਦੇ ਵਿੱਚ ਜਿਹੜਾ ਤੁਹਾਡਾ ਇੱਕ ਕਲਾਸ ਫੈਲੋ ਸੀ, ਫਿਰੋਜ਼ੂ ਕੀ ਨਾਂ ਦੱਸਦੇ ਸੀ? ਉਹ ਕਲਾਸ ਫੈਲੋ ਦਾ ਸੀ ਇੱਕ ਬੇਲੀ ਸੀ ਮੇਰਾ ਬ੍ਰਹਮਪੁਰੇ, ਆ ਬ੍ਰਹਮਪੁਰ ਅੰਮ੍ਰਿਤਸਰ 'ਚ ਜੀ ਜੀ। ਅਤੇ ਇੱਕ ਹੋਰ ਸੀ ਬੰਦਾ, ਉਹ ਬ੍ਰਹਮਪੁਰੇ ਆ ਗਿਆ, ਮੈਂ ਆਖਿਆ ਤਾਂ ਉਹ ਮੈਨੂੰ ਆਉਂਦਾ ਉਹ ਸਾਰਾ ਕੁਛ ਛੱਡ ਰਿਹਾ ਜੇ ਮਕਾਨ, ਮੈਂ ਨਹੀਂ ਨਾਲ ਲੈ ਛੱਡਾਂ, ਯਾਦਾਂ ਨਾਲ ਲੈ ਆਉਂਦਾ ਜੀ ਬੰਦਾ। ਹਾਂ, ਚਲੋ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਧੰਨਵਾਦ ਜੀ, ਮਿਲਣ ਗਏ ਨਾ ਜੀ। ਚਲੋ ਜੀ, ਬਹੁਤ ਅਤੇ ਸਾਡਾ ਤਾਂ ਕੀ, ਅਸੀਂ ਤਾਂ ਪਿੱਛੇ ਬਹਿ ਰਹੇ ਨਾ। ਚਲੋ, ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ।